पंजाबी देखते हुए सारे दर्शकों मेरे वालों प्यार भरी सत श्री अकाल स्वागत प्रोग्राम अज का मुद्दा दे विच मैं तुहाडी होस्ट आशमिता सारियां नूं इस फ्राइडे दी मुबारकां फ्राइडे आ गया वीकेंड शुरू होने जा रहा है बहुत ही स्पैशल प्रोग्राम तुहाडे लई अज लैके हाजिर होए आ मैनू आप नूं बहुत खुशी हो रही है इस प्रोग्राम नूं पेश करदे हुए बहुत ही वंडरफुल ते मैं कहांगी टैलेंटेड गैसट पैनलिस्ट साडे नाल जुड़े हन अज दे शो दे विच ते एक किस्म दी खुशखबरी तुहाडे नाल शेयर करना चाहुंदी हां जिथे साडी हमेशा लगातार गल हुंदी है कि खास करके NRI कम्यूनिटी जो अब्रॉड बैठे हुए साडे कम्यूनिटी दे मैंबरस किस तरह अपना योगदान अपनी सेवा पा सकते हैं ताकि पंजाब दे विच जो साडी कौम दी भावें उह सिख पंथ की प्रोग्रेस दे विच थोड़ी जी उन्हां दी देन होए वो की कुछ काम चल रहा है वो हमेशा लगातार तुहाडे नाल जानकारी शेयर करते हैं बट अज एक बहुत ही स्पैशल मैं न्यूज़ इस टॉपिक ते लेके तुहाडे नाल शेयर करना चाहती हाँ तो मैं बहुत खुशी हो रही है कि जिथे साडी तुसी कह लो सब तो अहम साडे पंथ दे विच सब तो स्टीम्ड प्लेस साडी होली ग्राउंड श्री अकाल तख्त हरिमंदर साहब की सेवा की आती है अज वो बारे मैं तुहाडे नाल कुछ जानकारी शेयर करना चाहती हाँ सो विदाउट एनी फर्दर ड्यू सब तो पहले मैं स्वागत करती हाँ साडे पैनल का अज सब तो पहले साडे सारे पैनलिस्ट नू वाहिगुरू जी खालसा वाहिगुरू जी की फतेह सत श्री अकाल वेलकम टू द प्रोग्राम Good to have all of you. Khalsa, Vaheguru Ji Ki Fateh. Main really quickly viewers lay introductions kara dindi hain. Although jo saade naal aaj jude han screen te main kahangi tonu saryan nu kisi introduction di lod nahi hai but fir bhi starting from the front Omkar Singh ji New Jersey to jinna di seva paave oh let's share a meal de vich hoye paave oh gurdwara saab de vich hoye paave oh jo recently ਤੁਸੀਂ ਗੁਰੂ ਨਾਨਕ ਦੇਵ ਜੀ ਦੀ 550ਵਾਂ ਵੱਡੀ ਇਵੈਂਟ ਕੀਤੀ ਸੀ ਨਿਊ ਜਰਸੀ ਦੇ ਵਿੱਚ ਵਨਨੈਸ ਇਵੈਂਟ ਕੀਤੀ ਸੀ ਹਮੇਸ਼ਾ ਕਮਿਊਨਿਟੀ ਦੀ ਪੰਥ ਦੀ ਤੁਸੀਂ ਸੇਵਾ ਅੱਗੇ ਖੜ ਕੇ ਕਰਦੇ ਹੋ ਵੈਲਕਮ ਟੂ ਦ ਪ੍ਰੋਗਰਾਮ ਓਮਕਾਰ ਸਿੰਘ ਜੀ ਰਿਸ਼ਪਾਲ ਸਿੰਘ ਢੀਂਗਸਾ ਜੀ ਆਫਕੋਰਸ ਯੂਨਾਈਟਿਡ ਸਿੱਖ ਮਿਸ਼ਨ ਜੋ ਕਿ ਕੈਲੀਫੋਰਨੀਆ ਦੇ ਵਿੱਚ ਲੋਸ ਐਂਜਲਿਸ ਦੇ ਵਿੱਚ ਜੋ ਰੋਜ਼ ਡੇ ਪਰੇਡ ਹੁੰਦੀ ਹੈ ਦੁਨੀਆ ਦੀ ਸਭ ਤੋਂ ਵੱਡੀ ਨਿਊ ਈਅਰਸ ਪਰੇਡ ਉਹਦੇ ਵਿੱਚ ਸਿੱਖਾਂ ਦਾ ਫਲੋਟ ਉਹ ਸੇਵਾ ਰਿਸ਼ਪਾਲ ਸਿੰਘ ਜੀ ਨੇ ਚੁੱਕੀ ਐਜ਼ ਵੈਲ ਐਜ਼ ਅਦਰ ਥਿੰਗਸ ਖਾਸ ਕਰਕੇ ਜਿੱਥੇ ਗੁਰਦੁਆਰਿਆਂ ਦੀ ਸੇਵਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਰਿਸ਼ਪਾਲ ਜੀ ਤੁਸੀਂ ਹਮੇਸ਼ਾ ਅੱਗੇ ਖੜ ਕੇ ਆਪਣੀ ਹਾਜ਼ਰੀ ਲਗਾਉਂਦੇ ਹੋ ਅਤੇ ਹੁਣੇ ਵੀ ਤੁਸੀਂ ਇੰਡੀਆ ਤੋਂ ਸਾਡੇ ਨਾਲ ਜੁੜ ਰਹੇ ਹੋ ਸੋ ਥੈਂਕ ਯੂ ਫੋਰ ਜੁਆਇਨਿੰਗ ਸੁਖਪਾਲ ਸਿੰਘ ਧਨੋਆ ਜੀ ਜੋ ਕਿ ਵਾਸ਼ਿੰਗਟਨ DC ਤੋਂ ਵਾਈਟ ਹਾਊਸ ਦੀ ਕਵਰੇਜ ਦੇ ਵਿੱਚ ਲਗਾਤਾਰ ਕਿੰਨੇ ਸਾਲਾਂ ਤੋਂ ਲੱਗੇ ਹੋਏ ਹੈ ਬਟ ਟੂਡੇ ਹੀ ਇਜ਼ ਜੁਆਇਨਿੰਗ ਅਸ ਐਜ਼ ਦੀ ਪ੍ਰੈਜ਼ੀਡੈਂਟ ਆਫ ਸਿੱਖ ਸੇਵਾ ਸੰਸਥਾ ਐਂਡ ਆਫਕੋਰਸ ਜਿੱਥੇ ਸਿੱਖ ਸੇਵਾ ਸੰਸਥਾ ਦੀ ਗੱਲ ਆਉਂਦੀ ਹੈ ਅਤੇ ਬਹਾਦਰ ਸਿੰਘ ਜੀ ਔਰੇਗਨ ਤੋਂ ਸਾਡੇ ਨਾਲ ਜੁੜੇ ਹਨ ਜੋ ਕਿ ਸਿੱਖ ਸੇਵਾ ਸੰਸਥਾ ਦੇ ਚੇਅਰਮੈਨ ਹਨ ਅਤੇ ਇੱਕ ਵਾਰੀ ਫਿਰ ਮੈਂ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਨਿੱਘੀ ਸਵਾਗਤ ਕਰਦੀ ਹਾਂ ਸੋ ਗੁੱਡ ਟੂ ਹੈਵ ਯੂ ਐਂਡ ਜੋ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਮੈਂ ਕਹਾਂਗੀ ਇਟਸ ਯੂ ਨੋ ਐਜ਼ ਅ ਯੰਗ ਪਰਸਨ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਬਿਕੋਜ਼ ਇਟਸ ਬੋਥ ਇਨਵਾਇਰਮੈਂਟਲੀ ਰੈਲੀਵੈਂਟ ਇੰਪੋਰਟੈਂਟ ਐਂਡ ਜਿੱਥੇ ਪੰਥ ਦੀ ਗੱਲ ਆਉਂਦੀ ਹੈ ਅਤੇ ਆਫਕੋਰਸ ਸੇਵਾ ਦੀ ਗੱਲ ਕਰਕੇ ਤਾਂ ਹਮੇਸ਼ਾ ਸਾਨੂੰ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਮੈਂ ਰਿਸ਼ਪਾਲ ਜੀ ਤੁਹਾਡੇ ਨਾਲ ਸ਼ੁਰੂ ਕਰਨਾ ਚਾਹੁੰਦੀ ਹਾਂ ਸਭ ਤੋਂ ਪਹਿਲੇ ਬਿਕੋਜ਼ ਤੁਸੀਂ ਇੰਡੀਆ ਵਿੱਚ ਹੋ ਤੁਸੀਂ ਗਰਾਊਂਡ 'ਤੇ ਇਸ ਸੇਵਾ ਦੇ ਵਿੱਚ ਲੱਗੇ ਹੋਏ ਹੋ ਅੱਜ ਤੁਸੀਂ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਇਸ਼ਮਤਾ ਜੀ ਸਭ ਤੋਂ ਪਹਿਲਾਂ ਪੰਜਾਬੀ ਦੇ ਸ਼ੁਭ ਦਰਸ਼ਕਾਂ ਨੂੰ ਦਾਸ ਵਜੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੇ ਮਹੀਨੇ ਫਰਵਰੀ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਇੱਕ ਅਰਜ ਕੀਤੀ ਸੀ ਕਿ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਸੋਲਰ ਪੈਨਲ ਲਗਾਏ ਜਾਣਗੇ ਉਹਦੇ ਵਿੱਚ ਅਸੀਂ ਆਪਣੀ ਐਪਲੀਕੇਸ਼ਨ ਉਹਨਾਂ ਨੂੰ ਦਿੱਤੀ ਸੀ ਕਿ ਜੇ ਸੇਵਾ ਸਾਨੂੰ ਦਿੱਤੀ ਜਾਵੇ ਤੇ ਅਸੀਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇਹ ਸੇਵਾ ਸਿੱਖ ਵਿਗਲੋ ਕੀਤੀ ਜਾਵੇਗੀ ਉਹਨਾਂ ਨੇ ਸਾਡੀ ਅਰਜ਼ੀ ਨੂੰ ਪ੍ਰਵਾਨ ਕੀਤਾ ਸਾਡੇ ਤੇ ਭਰੋਸਾ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਸਦਕਾ ਇਹ ਸੇਵਾ ਯੂਨਾਈਟਿਡ ਸਿੱਖ ਮਿਸ਼ਨ ਨੂੰ ਮਿਲੀ ਯੂਨਾਈਟਿਡ ਸਿੱਖ ਮਿਸ਼ਨ ਸਿਰਫ ਇੱਕ NAB ਦੀ ਸੰਸਥਾ ਨਹੀਂ ਜਦੋਂ ਯੂਨਾਈਟਿਡ ਦਾ ਨਾਂ ਆਉਂਦਾ ਦੁਨੀਆਂ ਦੇ ਵਿੱਚ ਵਸਦੇ ਹੋਏ ਸਿੱਖ ਇਹਦੇ
ਸਾਂਝੇਦਾਰ ਹਨ, ਇਹਦੇ ਭਾਗੀਦਾਰ ਹਨ, ਇਹਦੇ ਮੈਂਬਰ ਹਨ, ਕਿਉਂਕਿ ਇਸਦਾ ਨਾਂ ਹੀ ਤਾਂ ਰੱਖਿਆ ਗਿਆ ਸੀ ਯੂਨਾਈਟਿਡ ਸਿੱਖ ਮਿਸ਼ਨ, ਕਿਉਂਕਿ ਇਹ ਸਿੱਖਾਂ ਦਾ ਮਿਸ਼ਨ ਹੈ। ਇਸ ਕਰਕੇ ਸਾਰੇ ਹੀ ਸਿੱਖ ਇਹਦੇ ਵਧਾਈ ਦੇ ਪਾਤਰ ਹਨ ਤੇ ਗੁਰੂ ਨਾਨਕ ਸਾਹਿਬ ਨੇ ਟੁੱਟ ਕੇ ਇਹ ਸੇਵਾ ਤੈਨੂੰ ਬਖਸ਼ੀ ਹੈ। ਤੇ ਹੁਣ ਅਸੀਂ ਤਕਰੀਬਨ ਪਿਛਲੇ ਮਹੀਨੇ ਤੋਂ ਦਾਸ ਇੱਥੇ ਹਾਜ਼ਰ ਹੈ, ਉਹਦੇ ਵਿੱਚ ਸਾਰੇ ਹੀ ਗੁਰਦੁਆਰਾ ਸਾਹਿਬਾਨ, ਦਰਬਾਰ ਸਾਹਿਬ ਦੀਆਂ ਜਿੰਨੀਆਂ ਬਿਲਡਿੰਗਾਂ, ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ, ਗੁਰੂ ਗ੍ਰੰਥ ਸਾਹਿਬ ਭਵਨ ਤੇ ਬੀੜ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਸਾਹਿਬ, ਜਿੱਥੇ ਇਹ ਸੇਵਾਵਾਂ ਚੌਂ ਮਹੀਨਿਆਂ ਦੇ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ। ਤਕਰੀਬਨ 2.25 ਮੈਗਾਵਾਟ ਇਹਨਾਂ ਸੰਸਥਾਵਾਂ ਤੇ ਲੱਗੇਗਾ, ਜਿਸ ਦੀ ਔਸਤਨ ਕੀਮਤ ਤਕਰੀਬਨ 8 ਕਰੋੜ ਰੁਪਇਆ ਹੈ, ਜਿਹੜੀ ਸਾਰੀ ਦੀ ਸੰਗਤ ਵੱਲੋਂ ਕੀਤੀ ਜਾਵੇਗੀ, ਕਿਸੇ ਵੀ ਇੱਕ ਪਰਸਨਲ ਆਦਮੀ ਤੋਂ ਨਹੀਂ ਲਈ ਜਾਵੇਗੀ। ਜੀ ਜੀ। ਦੂਸਰੀ ਬੇਨਤੀ, ਇਹ ਜਿਹੜਾ ਸਿਸਟਮ ਆ, ਇਹ ਟ੍ਰੈਸਟ, ਯੂਨਾਈਟਿਡ ਸਿੱਖ ਮਿਸ਼ਨ, ਬਾਹਰਲੀ ਸੰਗਤ ਸਾਰੀ ਤੇ ਹਾਰਟਿਸਟ ਦੇ ਵਿੱਚ ਹੈ, ਉਹਨਾਂ ਨੂੰ ਬਿਲਿੰਗ ਜਿਹੜੀ ਅਸੀਂ ਬਾਹਰੋਂ ਸਾਰੀ ਕਰਾਂਗੇ। ਸ਼੍ਰੋਮਣੀ ਕਮੇਟੀ ਦਾ ਇਹਦੇ ਵਿੱਚ ਕੋਈ ਵੀ ਪਰਸਨਲ ਰੋਲ ਨਹੀਂ, ਕਿਉਂਕਿ ਉਹਨਾਂ ਨੇ ਸਾਨੂੰ ਖੁੱਲੇ ਤੌਰ ਤੇ ਕਹਿ ਦਿੱਤਾ ਹੈ ਬਿਲਿੰਗ ਵੀ ਤੁਸੀਂ ਉਹ ਦੇਣਗੇ ਤੁਹਾਨੂੰ, ਕਿ ਤੁਸੀਂ ਆਪ ਹੀ ਫੰਡਿੰਗ ਉਹਨਾਂ ਨੂੰ ਕਰਨੀ, ਤਾਂ ਜੋ ਕੱਲ ਨੂੰ ਜੋ ਬੁਲੇਵੇ ਗਿਆ ਉਸ ਤੋਂ ਅਸੀਂ ਸਾਰੇ ਬਚ ਸਕੀਏ। ਜੀ ਜੀ, ਰਿਸ਼ਪਾਲ ਜੀ, ਆਮ ਸੋ ਗਲੈਡ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸ਼ੇਅਰ ਕਰ ਰਹੇ ਹੋ। ਐਂਡ ਇੱਥੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਚੀਜ਼ ਦੀ ਹੋ ਰਹੀ ਹੈ ਕਿ ਤੁਸੀਂ ਇਹ ਗੱਲ ਕਲੀਅਰਲੀ ਕਹੀ ਕਿ ਯੂਨਾਈਟਿਡ ਸਿੱਖ ਮਿਸ਼ਨ ਹੈ, ਨਾ ਕਿ ਸਿਰਫ ਸੰਸਥਾ ਦਾ ਨਾਂ ਹੈਗਾ, ਬਟ ਜੋ ਇਹ ਕੰਮ, ਇਹ ਜੋ ਸੇਵਾ ਹੋ ਰਹੀ ਹੈ, ਇਹ ਸਾਰੇ ਸਿੱਖਾਂ ਦਾ ਇੱਕ ਯੂਨਾਈਟਿਡ, ਇੱਕ ਏਕਤਾ ਦੇ ਤੌਰ 'ਤੇ ਮਿਸ਼ਨ ਬਣਿਆ ਅਤੇ ਬਣਨਾ ਵੀ ਚਾਹੀਦਾ ਹੈ। ਆਈ ਮੀਨ ਇਟਸ ਰੀਅਲੀ ਜਿੱਦਾਂ ਕਹਿੰਦੇ ਨਾ, ਲਾਈਕ ਵੈਰੀ ਪ੍ਰੋਗਰੈਸਿਵ ਸਟੈਪ ਕਿ ਇਸ ਤਰ੍ਹਾਂ ਦੀ ਸੇਵਾ ਦੇ ਇਨੀਸ਼ੀਏਟਿਵ ਨਾ ਕਿ ਸਿਰਫ ਚੁੱਕੇ ਜਾ ਰਹੇ, ਬਟ ਉਹਦੇ 'ਤੇ ਐਗਜ਼ੀਕਿਊਸ਼ਨ ਹੋ ਰਹੀ ਹੈ। ਸੋ ਆਮ ਰੀਅਲੀ ਗਲੈਡ ਕਿ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸ਼ੇਅਰ ਕਰ ਰਹੇ ਹੋ। ਬਾਕੀ ਪੈਨਲਿਸਟ ਤੋਂ ਵੀ ਮੈਂ ਸੁਣਨਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਇਸ ਸੇਵਾ ਦੀ ਵੱਖ ਵੱਖ ਡੀਟੇਲਸ ਆਪਾਂ ਸ਼ੇਅਰ ਕਰ ਸਕਦੇ ਹਾਂ। ਕਾਫੀ ਅਰਲੀ ਸਟੇਜਿਸ ਹਨ ਇਸ ਵੇਲੇ ਇਸ ਪ੍ਰੋਜੈਕਟ ਦੀ। ਲਾਈਕ ਆਈ ਸੈਡ, ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਕਿ ਆਪਾਂ ਤੁਹਾਡੇ ਨਾਲ ਅੱਜ ਇਹ ਚੀਜ਼ ਸ਼ੇਅਰ ਕਰ ਰਹੇ ਹਾਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਾਣਕਾਰੀ ਅਤੇ ਅਪ ਟੂ ਡੇਟ ਇਨਫੋਰਮੇਸ਼ਨ ਇਸ ਪ੍ਰੋਜੈਕਟ ਨੂੰ ਲੈ ਕੇ ਅਤੇ ਹੋਰ ਜੋ ਸੇਵਾਵਾਂ ਜਿਸ ਤਰ੍ਹਾਂ ਹੁਣੇ ਢੀਂਗਸਰ ਸਾਹਿਬ ਨੇ ਸਾਨੂੰ ਦੱਸੀਆਂ, ਉਹਦੀ ਸਾਰੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੈਨਲਿਸਟ ਨੂੰ ਮੈਂ ਰਿਕੁਐਸਟ ਕਰਦੀ ਹਾਂ, ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ। ਪੈਨਲਿਸਟ, ਤੁਸੀਂ ਕਿੱਥੇ ਨਾ ਜਾਓ, ਵਿਊਅਰਸ, ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰੇ ਦਾ ਸਵਾਗਤ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ। ਅੱਜ ਦਾ ਮੁੱਦਾ ਬਹੁਤ ਹੀ ਮੈਂ ਕਹਾਂਗੀ ਸਪੈਸ਼ਲ ਪ੍ਰੋਗਰਾਮ ਅੱਜ ਤੁਹਾਡੇ ਨਾਲ ਲੈ ਕੇ ਆਇਆ। ਸ੍ਰੀ ਅਕਾਲ ਤਖਤ ਹਰਿਮੰਦਰ ਸਾਹਿਬ ਦੇ ਵਿੱਚ ਸੋਲਰ ਪੈਨਲਸ ਦੀ ਸੇਵਾ ਲੱਗ ਰਹੀ ਹੈ, ਤੁਸੀਂ ਵੀ ਇਨਵੋਲਵ ਹੋ ਕੇ ਆਪਣੀ ਸਪੋਰਟ ਪਾ ਸਕਦੇ ਹੋ। ਬਿਕੋਜ਼ ਜਿਸ ਤਰ੍ਹਾਂ ਰਿਸ਼ਪਾਲ ਸਿੰਘ ਢੀਂਗਸਾ ਜੀ ਨੇ ਸਾਨੂੰ ਦੱਸਿਆ, ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਇਹ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ ਜ਼ਰੂਰ, ਬਟ ਇਹ ਟਰੂਲੀ ਇੱਕ ਯੂਨਾਈਟਿਡ ਮਿਸ਼ਨ ਹੈਗਾ ਸਾਰੇ ਸਿੱਖਾਂ ਦਾ, ਐਂਡ ਹੋਣਾ ਵੀ ਚਾਹੀਦਾ। ਸਾਡੇ ਪੈਨਲਿਸਟ ਸਾਡੇ ਨਾਲ ਜੁੜੇ ਹਨ, ਇੱਕ ਵਾਰੀ ਫਿਰ ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ। ਵੈਲਕਮ ਬੈਕ ਟੂ ਦ ਪ੍ਰੋਗਰਾਮ। ਤੁਹਾਡੀ ਸਾਰਿਆਂ ਦੀ ਵੱਡੀ ਸੇਵਾਵਾਂ, ਭਾਵੇਂ ਉਹ ਇੱਥੇ ਹੋਣ ਯੂਨਾਈਟਿਡ ਸਟੇਟਸ ਦੇ ਵਿੱਚ ਜਾਂ ਆਪਣੇ ਪੰਜਾਬ ਇੰਡੀਆ ਦੇ ਵਿੱਚ ਪੰਥ ਦੀ ਸੇਵਾ, ਨੋ ਮੈਟਰ ਵੇਅਰ, ਤੁਸੀਂ ਸਾਰੇ ਡਟ ਕੇ ਲੱਗੇ ਹੋਏ ਹੋ। ਸੋ ਸਾਡੇ ਵੱਲੋਂ ਥੈਂਕ ਯੂ ਫੋਰ ਦੈਟ, ਵੀ ਅਪਰੀਸ਼ੀਏਟ ਇਟ। ਬਟ ਜੋ ਅੱਜ ਆਪਾਂ ਸੇਵਾ ਦੀ ਗੱਲ ਕਰ ਰਹੇ ਹਾਂ ਉਹ ਬਹੁਤ ਹੀ ਸਪੈਸ਼ਲ ਹੈ। ਮੈਂ ਕਹਾਂਗੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪਵਨ ਗੁਰੂ ਸਾਨੂੰ ਇਹ ਦਰਜਾ ਦਿੱਤਾ ਹੈ ਕਿ ਧਰਤੀ ਨੂੰ, ਇਨਵਾਇਰਮੈਂਟ ਨੂੰ ਆਪਾਂ ਪ੍ਰੋਟੈਕਟ ਕਰਨਾ ਹੈ, ਅਤੇ ਅੱਜ ਤੁਸੀਂ ਉਸ ਚੀਜ਼ ਦੇ ਵਿੱਚ ਸੇਵਾ ਕਰ ਰਹੇ ਹੋ ਅਤੇ ਅਕਾਲ ਤਖਤ ਸਾਹਿਬ ਅਤੇ ਹੋਰ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਸੋਲਰ ਪੈਨਲਸ ਦੀ ਗੱਲ, ਇਹ ਪ੍ਰੋਜੈਕਟ ਦੀ ਗੱਲ ਹੋ ਰਹੀ ਹੈ। ਆਈ ਐਮ ਸੋ ਐਕਸਾਈਟਡ ਟੂ ਟਾਕ ਅਬਾਊਟ ਦਿਸ। ਬਹਾਦਰ ਸਿੰਘ ਜੀ, ਮੈਂ ਤੁਹਾਡੇ ਨਾਲ ਹੁਣ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ ਇਹਦੇ ਬਾਰੇ। ਤੁਸੀਂ ਓਰੇਗਨ ਦੇ ਵਿੱਚ, ਈਵਨ ਤਾਂ ਤੁਸੀਂ ਲੋਅ ਪ੍ਰੋਫਾਈਲ ਰੱਖਦੇ ਹੋ, ਜ਼ਿਆਦਾ ਤੁਸੀਂ ਅੱਗੇ ਨਹੀਂ ਆਉਂਦੇ, ਬਟ ਅੱਜ ਮੈਨੂੰ ਖੁਸ਼ੀ ਹੋਈ ਤੁਸੀਂ ਸਾਡੇ ਨਾਲ ਜੁੜ ਕੇ। ਆਈ ਮੀਨ
ਮੀਨ ਤੁਸੀਂ ਕਾਰੋਬਾਰੀ ਸਕਸੈਸਫੁਲ ਬਿਜ਼ਨਸਮੈਨ ਪਰ ਤੁਸੀਂ ਹਮੇਸ਼ਾ ਪੰਥ ਦੀ ਸੇਵਾ ਕਰਦੇ ਹੋ ਭਾਵੇਂ ਤੁਹਾਡੀ ਜ਼ਮੀਨ ਦੀ ਡੋਨੇਸ਼ਨਸ ਹੋਣ ਵੱਖ ਵੱਖ ਹੋਰ ਸੰਸਥਾਵਾਂ ਦੇ ਨਾਲ ਐਜੂਕੇਸ਼ਨ ਦੇ ਵਿੱਚ ਤੁਹਾਡੀ ਕਿੰਨੀ ਵੱਡੀ ਦੇਣ ਹੈ ਤੁਸੀਂ ਦਸ਼ਮੇਸ਼ ਹਸਪੀਟਲ ਬਣਾਇਆ ਹੋਇਆ ਯੂਪੀ ਦੇ ਇੱਕ ਬਿਲਕੁਲ ਰੂਰਲ ਏਰੀਆ ਦੇ ਵਿੱਚ ਨਰਸਿੰਗ ਕਾਲਜ ਐਜੂਕੇਸ਼ਨ ਦੇ ਵੱਖ ਵੱਖ ਹੋਰ ਇਨੀਸ਼ੀਟਿਵਸ ਬਹਾਦਰ ਸਿੰਘ ਜੀ ਇਸ ਪ੍ਰੋਜੈਕਟ ਦੇ ਵਿੱਚ ਕਿਸ ਤਰ੍ਹਾਂ ਇਨਵੋਲਵਮੈਂਟ ਹੋਈ ਅਤੇ ਕੀ ਹੋਰ ਤੁਸੀਂ ਆਪ ਜੀ ਵੱਲੋਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਇਸ ਸੇਵਾ ਬਾਰੇ ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਮਤਾ ਜੀ ਮੈਂ 2012 ਦੇ ਵਿੱਚ ਸਭ ਤੋਂ ਪਹਿਲਾਂ ਢੀਂਡਸਾ ਸਾਹਿਬ ਨੂੰ ਮਿਲਿਆ ਤਾਂ ਇਹਨਾਂ ਨੇ ਹੀ ਐਕਚੁਲੀ ਯੂਪੀ ਦੇ ਵਿੱਚ ਮੇਰੇ ਨੂੰ ਸੇਵਾ ਸ਼ੁਰੂ ਕਰਵਾਈ ਸੀ ਯੂਨਾਈਟਿਡ ਸਿੱਖ ਮਿਸ਼ਨ ਦੇ ਅੰਡਰ ਕੈਂਪ ਲਗਾਉਣੇ ਸ਼ੁਰੂ ਕੀਤੇ ਸੀ ਸੋ ਉਸ ਤੋਂ ਬਾਅਦ ਜੀ ਤਾਂ ਜੀ ਫਿਰ ਰੁਕਿਆ ਨਹੀਂ ਗਿਆ ਜੀ ਸੋ ਇਹਨਾਂ ਨੇ ਸ਼ੁਰੂਆਤ ਕਰਵਾਤੀ ਤਾਂ ਅਸੀਂ ਤਾਂ ਫਿਰ ਲਗਾਤਾਰ ਜਿੱਦਾਂ ਡਾਟੀ ਗਏ ਸੀ ਇਸ ਮੈਦਾਨ ਦੇ ਵਿੱਚ ਸੇਵਾਵਾਂ ਦੇ ਵਿੱਚ ਸੋ ਫਿਰ ਉੱਥੇ ਹੋਸਪਿਟਲ ਵੀ ਬਣਾਏ ਗਏ ਨੇ ਸਾਰਾ ਕੁਛ ਚੱਲ ਰਿਹਾ ਤਾਂ ਉਸ ਤੋਂ ਬਾਅਦ ਅਮੈਰੀਕਾ ਦੇ ਵਿੱਚ ਵੀ ਜੀ ਆਪਣੇ ਇਤਿਹਾਸ ਨੂੰ ਸੰਭਾਲਣ ਦੀ ਕੋਸ਼ਿਸ਼ ਵੀ ਕਰ ਰਹੇ ਗਦਰ ਮੈਮੋਰੀਅਲ ਫਾਊਂਡੇਸ਼ਨ ਇੱਥੇ ਬਣਾਈ ਹੋਈ ਹੈ ਅਸਟੋਰੀਆ ਦੇ ਵਿੱਚ ਕਿਉਂਕਿ ਆਪਣੇ ਗਦਰੀ ਬਾਬੇ ਆਏ ਸੀ ਇੱਥੇ ਜਿਹੜੇ ਉਹਨਾਂ ਦਾ ਇਤਿਹਾਸ ਵੀ ਸੰਭਾਲ ਰਹੇ ਹਾਂ ਤਾਂ ਬਾਕੀ ਸਿੱਖ ਸੇਵਾ ਫਾਊਂਡੇਸ਼ਨ ਆਪਣੀ ਚੱਲ ਰਹੀ ਜੀ ਜਿਹੜੀ ਆਲ ਓਵਰ ਅਮੈਰੀਕਾ ਦੇ ਵਿੱਚ ਜਿਹਨੂੰ ਅਸੀਂ ਹੋਮਲੈਸ ਫੀਡਿੰਗ ਨੂੰ ਔਰ ਹੋਮਲੈਸ ਨੂੰ ਸ਼ੈਲਟਰ ਦੇਣ ਦੀ ਔਰ ਉਹਨਾਂ ਨੂੰ ਮੈਡੀਕੇਸ਼ਨ ਪ੍ਰੋਵਾਈਡ ਕਰਨ ਦੀ ਉਹ ਜਿਹੜੀਆਂ ਜ਼ਰੂਰਤਾਂ ਹੈਗੀਆਂ ਕਮਿਊਨਿਟੀ ਦੀਆਂ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੀ ਆਪਣੀ ਸੰਸਥਾ ਜੀ ਸਾਰੀ ਧੰਨਵਾਦ ਸਾਹਿਬ ਹੋਣੀ ਸਾਰੇ ਰਲ ਕੇ ਅਸੀਂ ਕਾਫੀ ਮੈਂਬਰਸ ਨੇ ਇਹਦੇ ਸੰਸਥਾ ਦੇ ਸੋ ਧੰਨਵਾਦ ਸਾਹਿਬ ਪ੍ਰੈਜੀਡੈਂਟ ਨੇ ਸੰਸਥਾ ਦੇ ਸੋ ਸਾਰੇ ਰਲ ਮਿਲ ਕੇ ਚਲਾ ਰਹੇ ਜੀ ਸੋ ਢੀਂਡਸਾ ਸਾਹਿਬ ਹੋਣਾ ਦਾ ਤਾਂ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਇਹਨਾਂ ਨੇ ਸਾਨੂੰ ਦੁਬਾਰਾ ਫਿਰ ਹੁਕਮ ਕੀਤਾ ਕਿ ਆਪਾਂ ਸੇਵਾ ਸਾਨੂੰ ਮਿਲੀ ਹੈ ਤਾਂ ਆਪਾਂ ਇਹਦੇ 'ਚ ਰਲ ਮਿਲ ਕੇ ਸਾਰੇ ਫਿਰ ਕਰੀਏ ਸੋ ਅਸੀਂ ਬਹੁਤ ਧੰਨਵਾਦੀ ਹਾਂ ਜੀ ਇਹਨਾਂ ਸਾਰਿਆਂ ਦੇ ਜੀ जी वंडरफुल थैंक यू सो मच बहादुर सिंह जी अप्रीशिएट इट धनोआ जी मैं थोड़े नाल हुन पूछना चाहूँ बिकॉज तुसी भी वक वक अहुदियां ते अपनी हमेशा कंट्रीब्यूशन पाते रहते हो कम्यूनिटी की एडवांसमेंट लई भावें वह एक पत्रकार के तौर पर हुए जिस तरह दस्या सी व्यूअर्स नूं तुसी वाइट हाउस की लगातार कवरेज प्रोवाइड कर रहे हो किन्ने सालों तो भावें वह पंथ की हुए जिस तरह सिख सेवा दे नाल या यूनाइटिड सिख मिशन दे नाल या होर जिथे भी तुहानू जिदा कहते ना ਤੁਹਾਡੇ ਤੇ ਕਾਲ ਆਉਂਦੀ ਤੁਸੀਂ ਹਮੇਸ਼ਾ ਰਿਸਪੌਂਡ ਕਰਦੇ ਹੋ ਧਨੋਆ ਜੀ ਇਸ ਸੇਵਾ ਬਾਰੇ ਸਾਨੂੰ ਤੁਸੀਂ ਕੀ ਦੱਸ ਸਕਦੇ ਹੋ ਉਸਮੇ ਤਾਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਮੈਨੂੰ ਮੌਕਾ ਦੇਣ ਲਈ ਆਪਣੇ ਚੈਨਲ ਤੋਂ ਇਸ ਬਾਰੇ ਗੱਲਬਾਤ ਕਰਨ ਲਈ ਕਿਉਂਕਿ ਇਹ ਸਾਰਾ ਹੀ ਜਿਹੜਾ ਪ੍ਰੋਗਰਾਮ ਹੈ ਜਿਹੜੀ ਸੇਵਾ ਆ ਇਹ ਸਭਨਾਂ ਦੀ ਸਾਂਝੀ ਆ ਔਰ ਜੇ ਗੱਲ ਕਰੀਏ ਯੂਨਾਈਟਿਡ ਸਿੱਖ ਮਿਸ਼ਨ ਦੀ ਮੈਂ ਕਾਫੀ ਲੰਮੇ ਸਮੇਂ ਤੋਂ ਢੀਂਡਸਾ ਸਾਹਿਬ ਨਾਲ ਮੇਰੀ ਜਾਣ ਪਹਿਚਾਣ ਆ ਜਦੋਂ ਕਰਤਾਰਪੁਰ ਸਾਹਿਬ ਮਾਰਗ ਦੇ ਬਾਰੇ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤੇ ਸੀ ਮੈਂ ਉਦੋਂ ਇਹਨਾਂ ਨੂੰ ਕਵਰ ਵੀ ਕਰਦਾ ਰਿਹਾ ਇਹਨਾਂ ਨਾਲ ਗੱਲਬਾਤ ਵੀ ਕਰਦਾ ਰਿਹਾ ਔਰ ਪਿੱਛੇ ਜਦੋਂ ਪੁਲਵਾਮਾ ਕਾਂਡ ਹੋਇਆ ਸੀ ਉਦੋਂ ਇੰਝ ਲੱਗਦਾ ਸੀਗਾ ਕਿ ਇੰਡੋ ਪਾਕਿਸਤਾਨ ਰਿਲੇਸ਼ਨ ਇਸ ਤਰ੍ਹਾਂ ਦੇ ਹੋ ਗਏ ਕਿ ਉਹ ਬੰਦ ਨਾ ਹੋ ਜਾਵੇ ਸੋ ਅਸੀਂ ਕੋਸ਼ਿਸ਼ ਕੀਤੀ ਸੀ ਕਿ ਇੱਥੇ US ਕੈਪੀਟਲ ਦੇ ਉੱਪਰ ਥੋੜ੍ਹਾ ਜਿਹਾ ਜਿਹੜਾ ਆ ਉਹ ਪ੍ਰੈਸ਼ਰ ਇੱਥੋਂ ਦੀ ਜਿਹੜੀ ਉਦੋਂ ਟਰੰਪ ਐਡਮਿਨਿਸਟ੍ਰੇਸ਼ਨ ਸੀ ਉਹਨਾਂ 'ਤੇ ਬਣਾਇਆ ਜਾਵੇ ਸੋ ਬਹਾਦਰ ਸਿੰਘ ਜੀ ਰਿਸ਼ਪਾਲ ਸਿੰਘ ਜੀ ਢੀਂਡਸਾ ਅਤੇ ਹੋਰ ਸਾਡੇ ਇੱਥੋਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਅਸੀਂ ਇਕੱਠਾ ਕੰਮ ਕੀਤਾ ਸੀ ਉਹਦੇ 'ਚ ਇਹਨਾਂ ਦਾ ਜਜ਼ਬਾ ਦੇਖ ਕੇ ਮੈਨੂੰ ਬੜਾ ਲੱਗਾ ਕਿ ਉੱਥੋਂ ਫਲਾਈ ਕਰਨਾ ਆਉਣਾ ਫਿਰ ਉੱਥੇ ਕੈਂਪ ਲਾਉਣੇ ਫਿਰ ਬਹਾਦਰ ਸਿੰਘ ਹੋਰਾਂ ਨੇ ਜਿਹੜੇ ਕੰਮ ਇਹ ਸਾਰੇ ਸ਼ੁਰੂ ਕੀਤੇ ਨੇ ਓਂਕਾਰ ਸਿੰਘ ਹੋਰੀ ਤੇ ਤੁਹਾਡੇ ਕੋਲ ਨੇ ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਪਤਾ ਹੈ ਜਿਸ ਤਰ੍ਹਾਂ ਦਾ ਉਹ ਕੰਮ ਕਰ ਰਹੇ ਨੇ ਸੋ ਹੁਣ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੇਵਾ ਲੈ ਰਹੀ ਹੈ ਅਤੇ ਮੇਰੇ ਨਾਲ ਰਿਸ਼ਪਾਲ ਢੀਂਡਸਾ ਜੀ ਨੇ ਗੱਲ ਕੀਤੀ ਕਿ ਇਸ ਤਰ੍ਹਾਂ ਇੰਨਾ ਕੁ ਇਹਦੀ ਬਸਟਿੰਗ ਹੋ ਸਕਦੀ ਆ ਸੋ ਅਸੀਂ ਵੱਖ ਵੱਖ ਜਿਹੜੇ ਇਹਦੇ ਆਸਪੈਕਟ ਸੀ ਉਹਨਾਂ ਦੇ ਬਾਰੇ ਵੀ ਗੱਲਬਾਤ ਕੀਤੀ ਐਕਸਪਰਟਸ ਨਾਲ ਵੀ ਗੱਲਬਾਤ ਕੀਤੀ ਟੈਕਨੀਕਲ ਐਡਵਾਈਜ਼ਰਸ ਨਾਲ ਵੀ ਗੱਲਬਾਤ ਕੀਤੀ ਔਰ ਉਹਦੇ 'ਚੋਂ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਜਦੋਂ ਇੰਟਰੋਡਿਊਸ ਕਰ ਰਹੇ ਸੀ ਜਾਂ ਇਹਦੀ ਪ੍ਰੋਗਰਾਮ ਦੀ ਇੰਟਰੋਡਕਸ਼ਨ ਦੇ ਰਹੇ ਸੀਗੇ ਅਤੇ ਮੈਂ ਤੁਹਾਨੂੰ ਸੁਣ ਰਿਹਾ ਸੀ ਔਰ ਤੁਹਾਡੀ ਐਕਸਾਈਟਮੈਂਟ ਦੇਖ ਰਿਹਾ ਸੀਗਾ ਭਾਵੇਂ ਆਪਾਂ ਪੱਤਰਕਾਰ ਲੋਕ ਹਾਂ ਉਸ ਭਾਈਚਾਰੇ ਨੂੰ ਬਿਲੋਂਗ ਕਰਦੇ ਹਾਂ ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਉਹ ਸਾਰੀ ਅਸੀਂ ਆਪਣੇ ਪੰਜਾਬੀ ਭਾਈਚਾਰੇ ਨਾਲ ਪੰਜਾਬ ਨਾਲ ਆਪਣੇ ਗੁਰੂ ਸਾਹਿਬਾਂ ਦੇ ਸਥਾਨਾਂ ਨਾਲ ਵੀ ਜੁੜੇ ਹਾਂ ਇਹ ਬੜੀ ਖੂਬਸੂਰਤ ਗੱਲ ਹੈ ਕਿ ਤੁਹਾਡੇ ਜਿਹੜਾ ਯੂਥ ਹੋ ਤੁਸੀਂ ਤੁਹਾਡੇ ਚਿਹਰੇ 'ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਸ ਤਰ੍ਹਾਂ ਦੀ ਖੁਸ਼ੀ ਆਉਂਦੀ ਆ ਉਹ ਉਤਸ਼ਾਹ ਦਿੰਦੀ ਆ ਔਰ ਇਹ ਜਿਹੜਾ ਪ੍ਰੋਗਰਾਮ ਕਾਰ ਸੇਵਾ ਜਿਹੜੀ ਇਹਨਾਂ ਨੂੰ ਮਿਲੀ ਉਹਦੇ 'ਚ ਦੋ ਬੜੀਆਂ ਖੂਬਸੂਰਤ ਚੀਜ਼ਾਂ ਮੈਨੂੰ ਨਜ਼ਰ ਆਈਆਂ ਇੱਕ ਤਾਂ ਹੈਗਾ ਕਿ ਸ਼੍ਰੋਮਣੀ ਕਮੇਟੀ ਦੇ ਬਾਰੇ ਜਿਸ ਤਰ੍ਹਾਂ ਦੇ ਭਰਮ ਭੁਲੇਖੇ ਬਣੇ ਸੀ ਸੇਵਾ ਲੈਣਾ ਕਿਸ ਤਰ੍ਹਾਂ ਦਾ ਸਾਰਾ ਕੁਛ ਹੈਗਾ ਜਿਵੇਂ ਢੀਂਡਸਾ ਸਾਹਿਬ ਨੇ ਦੱਸਿਆ ਕਿ ਉਹਦੇ 'ਚ ਸੇਵਾ ਲਈ ਆ ਪਰ ਬਿਲਿੰਗ ਡਾਇਰੈਕਟ ਹੋ ਗਈ ਸੋ ਇੱਕ ਤਾਂ ਇਹਦੇ ਵਿੱਚ ਕੋਈ ਇਸ ਕਿਸਮ ਦਾ ਭੁਲੇਖਾ ਨਹੀਂ ਹੈਗਾ ਦੂਜੀ ਗੱਲ ਆ ਕਿ ਸੇਵਾ ਦੇ ਰਾਹੀਂ ਅਸੀਂ ਆਪਣੇ ਸਾਰੇ ਜਿਹੜੇ ਇੱਥੋਂ ਦੀਆਂ ਤੁਸੀਂ ਇਸ ਵੇਲੇ ਵੇਖ ਰਹੇ ਹੋ ਕਿ 3-4 ਮੇਨ ਜਥੇਬੰਦੀਆਂ ਨੇ ਔਰ ਜਦੋਂ ਰਿਸ਼ਪਾਲ ਢੀਂਡਸਾ ਜੀ ਨੇ ਉੱਥੇ ਸਾਰਾ ਇਹ ਅਨਾਊਂਸ ਹੋ ਗਿਆ
और उस तो बाद मैं बहादुर सिंह और अनल गल की क्योंकि सिख सेवा के चेयरमैन ने कि आप किस तरह कर सकते हैं और क्योंकि जिम्मे बहादुर सिंह बारे दसिया कि बड़ी लो प्रोफाइल से ये करते एक कहें आप दसना नहीं गा जो भी सेवा बनूगी वह करा और परमात्मा की कृपा के नाल जिन्ना क इस वेले ढींसा साहब ने दसिया की टोटल बजटिंग है वह काफ़ी हिस्सा जोड़ा है वह पूरा भी हो चुका है आ जो तीन बंदे देख रहे हो ये बंदे ही इनू काफ़ी व्डा यदा हिस्सा पूरा कर चुके हैं पर जरूरत हैगी है जी तुम गल कर रहे थे कि साडा सारा भाईचारा इकट्ठा हो गल इत खत्म नहीं होनी बल्कि ये शुरू हो ही है और लम्मा समा अगे चलनी है। बिल्कुल जी। बिल्कुल धनोआ जी तुसी किन्नी मैं कहांगी सिंपल शब्दां च ये चीज़ नू साडे सारयां नाल सांझी कीते कि ये सेवा तो हले शुरू ही हुई है बहुत सानू खुशी है इस चीज़ की माण है खास करके साडे पैनलिस्ट ते जो हुणे जुड़े हुए है जिन्होंने ये बोझ चुके वो मतलब अमाउंट ये बजट तुसी जिस तरह कह रहे हो ऑलमोस्ट पूरा भी कर लिया बट ये तो कम हले शुरू होया है तो गल भी शुरू ही हुई है इतने एक होर छोटी जी ब्रेक लिए रुकते हैं पैनलिस्ट साढ़े नाल इस तरह जुड़े रहो व्यूअर्स तुसी भी जुड़े रहो गल जारी रहेगी ब्रेक तो उस बाद पवन गुरु पानी पिता माता धरत महत ए गुरु नानक देव जी साढ़े लिए टीचा छड़ गए सी ते अज उन्हां दे सेवादार इस ते काम कर रहे हैं प्रोजेक्ट शुरू हो चुके हैं इनवायरमेंटली फ्रेंडली प्रोजेक्ट्स इनिशिएटिव्स श्री हरमंदर साहब दे विच शुरू हो चुके हैं ते होर वक वक गुरुद्वारियां दे विच इस सेवा चल रही है ते एदी गल अज प्रोग्राम दे विच हो रही है साडे पैनलिस्ट सेवादार इस प्रोजेक्ट बारे सानू सारी जानकारी दे रहे एक बारी फिर मैं सारयां नू स्वागत करदी हां प्रोग्राम दे विच इट्स वंस अगैन सुखपाल जी तुसी सानू दस रहे सी कि यू नो यूथ वालों एक्साइटमेंट उत्साह देख के तुहानूं खुशी हो रही है बट मैनू खुशी हो रही है कि जिथे साडी एज ग्रुप नूं लगता है कि इनवायरमेंट अज दी डेट विच साडे लई सब तो वड्डा चैलेंज हैगा कि साडे सियाने जो साडे तुहाडे वांगू गाइड हैगे साडे कम्युनिटी दे लीडर्स हन ओह भी इस चीज़ दे नाल सहमति रखदे आ ते जिथे साडी पंथ दी गल आउंदी है उत्थे इहो जिहा इनिशिएटिव इहो जिहा प्रोजेक्ट सुन के मैनूं तां बहुत खुशी हो रही है जिथे गुरु नानक देव जी दी गल आउंदी है उत्थे मैं जरूर ओंकार सिंह जी तुहाडे नाल थोड़ी जी इस सेवा बारे पुछना चाहवांगी तुसीं रीसेंटली न्यू जर्सी दे गुरु नानक देव जी के 550वां लई बहुत ही वड्डा इवेंट वननेस इवेंट रखिया जो यू नो उन्हां दा प्रचार उन्हां दा इतिहास सारयां नाल सांझा कर रहा सी बट अज जिथे उन्हां दा जो टीचा है उन्हूं तुसी इस प्रोजेक्ट राही उहदे ते एग्जीक्यूशन कर रहे हो ओंकार जी तुसी सानूं की कहना चाहोगे इस सेवा बारे वाहिगुरु जी का खालसा वाहिगुरु जी की फतेह ए सेवावां जिहड़ियां हैगियां ਇਹ ਕਰਮਾ ਭਾਗਾਂ ਨਾਲ ਹੀ ਮਿਲਦੀਆਂ ਇਹ ਸੇਵਾ ਜਿਸ ਤਰ੍ਹਾਂ ਕਿ ਜਦੋਂ ਦਾ ਸਾਡਾ ਧਰਮ ਸ਼ੁਰੂ ਹੋਇਆ ਉਸ ਤਰ੍ਹਾਂ ਵੱਖਰੇ ਵੱਖਰੇ ਥਾਵਾਂ 'ਤੇ ਵੱਖਰੀ ਵੱਖਰੀ ਰੂਪ ਦੇ ਵਿੱਚ ਸੇਵਾਵਾਂ ਚੱਲਦੀਆਂ ਰਹੀਆਂ ਤਾਂ ਜਿਸ ਤਰ੍ਹਾਂ ਕਿ ਹੁਣ ਨਵਾਂ ਯੁੱਗ ਆ ਗਿਆ ਅੱਜ ਤੋਂ ਫਿਊਚਰ ਦੇ ਵਿੱਚ ਵੀ ਹੋਰ ਵੱਡੀਆਂ ਵੱਡੀਆਂ ਸੇਵਾ ਹੋਣੀਆਂ ਤਾਂ ਇਹ ਜਿੱਦਾਂ ਕਿ ਇਹ ਜਿਹੜੀ ਸੀਗੀ ਸੇਵਾ ਇਹ ਭਾਈ ਰਿਛਪਾਲ ਸਿੰਘ ਹੁਣਾਂ ਦੀ ਸੋਚ ਆ ਤਾਂ ਉਹਦੀ ਸੋਚ ਦੇ ਉੱਤੇ ਸਾਰੇ ਬਾਕੀ ਪਹਿਰਾ ਦੇ ਰਹੇ ਨੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਇਹ ਸੋਚ ਨੂੰ ਪੂਰਾ ਕਰੇ ਤੇ ਇਹ ਇੱਕ ਬੰਦੇ ਦੀ ਸੇਵਾ ਨਹੀਂ ਇਹ ਸਾਰਿਆਂ ਦੀ ਸੇਵਾ ਸਾਰੀ ਸਿੱਖ ਕਮਿਊਨਿਟੀ ਦੀ ਸੇਵਾ ਸਾਰੀ ਹਿਊਮੈਨਿਟੀ ਦੀ ਸੇਵਾ ਆ ਤਾਂ ਇਹ ਜਿੱਥੇ ਕਿ ਜਾ ਕੇ ਆਪਣਾ ਸਿੱਖ ਧਰਮ ਦਾ ਜਿਹਨੂੰ ਮੱਕਾ ਕਿਹਾ ਜਾ ਸਕਦਾ ਆ ਕਿ ਉਹ ਆਪਣਾ ਹਰਿਮੰਦਰ ਸਾਹਿਬ ਆ ਤੇ ਸ਼ੁਰੂਆਤ ਉੱਥੇ ਹੋ ਰਹੀ ਆ ਤੇ ਉਸ ਤੋਂ ਬਾਅਦ ਵੀ ਬਾਕੀ ਸਾਰੇ ਦੁਨੀਆਂ ਦੇ ਵਿੱਚ ਗੁਰਦੁਆਰੇ ਉੱਥੇ ਵੀ ਪਹੁੰਚ ਸਕਦੀ ਹੈ ਸੇਵਾ ਤਾਂ ਇਹ ਕੋਈ ਵੱਡੀ ਗੱਲ ਨਹੀਂ ਜਿਸ ਤਰ੍ਹਾਂ ਭਾਈ ਸਾਹਿਬ ਨੇ ਵੀ ਕਿਹਾ ਆ ਧਰਮਾ ਸਾਹਿਬ ਨੇ ਵੀ ਕਿ ਇਹਦਾ ਸ਼ੁਰੂਆਤ ਆ ਤਾਂ ਹੁਣ ਅੱਗੇ ਲੰਗਰ ਤੋਂ ਸ਼ੁਰੂਆਤ ਸੀਗੀ ਤਾਂ ਹੁਣ ਇਸ ਤਰ੍ਹਾਂ ਦੇ ਜਿਹੜੇ ਹੈਗੇ ਉਪਰਾਲੇ ਆ ਇਹ ਵੀ ਹੁਣ ਅੱਗੇ ਵੱਧ ਕੇ ਆਪਾਂ ਕਰਨੇ ਆ ਆਪਣੀ ਲਾਈਫ ਦੇ ਵਿੱਚ ਜਿੰਨਾ ਵੀ ਆਪਾਂ ਕਰ ਸਕਦੇ ਹਾਂ ਉਹ ਕਰੀਏ ਕਿਉਂਕਿ ਜਿਸ ਲਾਹਾ ਲੈਣ ਲਈ ਆਏ ਆ ਉਹ ਲਾਹਾ ਤਾਂ ਇਹੀ ਹੈ ਜਿਹੜਾ ਕਮਿਊਨਿਟੀ ਤੇ ਜਿਹੜਾ ਆਪਾਂ ਸਿੱਖ ਪ੍ਰਚਾਰ ਦੇ ਸਿੱਖ ਸਿੱਖ ਸੰਸਥਾਵਾਂ ਨੂੰ ਬਣਾਉਣ ਦੇ ਸੁਧਾਰਨ ਦੇ ਵਿੱਚ ਕਰ ਲਿਆ ਉਹੀ ਜਿਹੜਾ ਅੱਗੇ ਜਾ ਕੇ ਚੱਲ ਜਾਣਾ ਤੁਹਾਡੇ ਨਾਲ ਬਾਕੀ ਤਾਂ ਸਾਰਾ ਇੱਥੇ ਹੀ ਆ ਜੀ ਜੀ ਓਂਕਾਰ ਜੀ ਤੁਸੀਂ ਯੂ ਨੋ ਇਸ ਸੇਵਾ ਦੇ ਵਿੱਚ ਜੋ ਸਾਡੇ ਇੱਥੇ ਬੈਠੇ ਹੋਏ ਵਿਊਅਰਸ ਹਨ ਉਹਨਾਂ ਨੂੰ ਕੀ ਉਪਰਾਲਾ ਦੇਣਾ ਚਾਹੁੰਦੇ ਹੋ ਬਿਕੋਜ਼ ਜਿਸ ਤਰ੍ਹਾਂ ਤੁਸੀਂ ਕਿਹਾ ਸਾਰੇ ਪੈਨਲਿਸਟ ਇਸ ਚੀਜ਼ ਨੂੰ ਬਾਰ ਬਾਰ ਕਹਿ ਰਹੇ ਆ ਬਟ ਇਹਨੂੰ ਐਮਫਸਾਈਜ਼ ਕਰਨਾ ਜ਼ਰੂਰੀ ਹੈ ਕਿ ਇਹ ਖਾਲੀ ਨਾ ਯੂਨਾਈਟਿਡ ਸਿੱਖ ਮਿਸ਼ਨ ਦੀ ਸੇਵਾ ਹੈ ਨਾ ਸਿੱਖ ਸੇਵਾ ਦੀ ਨਾ ਲੈਟਸ ਸ਼ੇਅਰ ਅ ਮੀਲ ਦੀ ਨਾ ਕਿਸੇ ਇੱਕ ਇੰਡੀਵਿਜੂਅਲ ਦੀ ਕਿਸੇ ਇੱਕ ਔਰਗਨਾਈਜੇਸ਼ਨ ਦੀ ਇਹ ਸਾਡੀ ਸਾਰਿਆਂ ਦੀ ਜਿੱਦਾਂ ਕਹਿੰਦੇ ਆ ਇਹਦੇ ਵਿੱਚ ਕੰਟਰੀਬਿਊਸ਼ਨ ਅਤੇ ਸਪੋਰਟ ਹੋਣੀ ਚਾਹੀਦੀ ਹੈ ਤੁਸੀਂ ਕੀ ਉਪਰਾਲਾ ਦੇਣਾ ਚਾਹੋਗੇ ਜੋ ਸਾਡੇ ਵਿਊਅਰਸ ਅੱਜ ਸਾਨੂੰ ਵੇਖ ਰਹੇ ਆ ਉਹਨਾਂ ਲਈ ਦੇਖੋ ਜੀ ਜਿਸ ਤਰ੍ਹਾਂ ਵੀ ਜਦੋਂ ਆਪਣਾ
ਜਿਹੜਾ ਆਪਾਂ ਸਿੱਖ ਮਿਸ਼ਨ ਦੇ ਨਾਂ ਦੇ ਆਪਾਂ ਥੱਲੇ ਕਰ ਰਹੇ ਹਾਂ ਉਹਨਾਂ ਦੇ ਉਹਨਾਂ ਨੂੰ ਤੱਕ ਪਹੁੰਚ ਕੇ ਜਿਸ ਤਰ੍ਹਾਂ ਦੀ ਵੀ ਕੋਈ ਸੇਵਾ ਦਿਲੋਂ ਕਰਨੀ ਚਾਹੁੰਦਾ ਆ ਤਾਂ ਉਹ ਕਰੇ। ਅਸੀਂ ਤਾਂ ਮੇਰੀ ਸਾਡੀ ਹੱਥ ਬੰਨ ਕੇ ਇਹੀ ਬੇਨਤੀ ਆ ਕਿ ਕਿਸੇ ਦਾ ਵੀ ਤਿਲ ਫੁੱਲ ਪਾਇਆ ਉਹਦਾ ਜਾਣੀ ਕਿ ਸਤਿਕਾਰ ਜਾਵੇ ਕਿ ਜਿੱਦਾਂ ਵੀ ਜਿਸ ਹਿਸਾਬ ਨਾਲ ਵੀ ਬੰਦਾ ਕੋਈ ਸੇਵਾ ਕਰਨੀ ਚਾਹੁੰਦਾ ਆ ਤਾਂ ਆਪਣੇ ਸਿੱਖ ਮਿਸ਼ਨ ਦਾ .com ਦੇ ਉੱਤੇ ਜਾ ਕੇ ਤਾਂ ਉਹਨੂੰ ਆਪਣੀ ਸੇਵਾ ਨੂੰ ਲੈ ਸਕਦਾ ਆ। ਮੈਂ ਤਾਂ ਚਾਹੂੰਗਾ ਕਿ ਜਿੰਨੀ ਆਪਾਂ ਵੱਧ ਚੜ੍ਹ ਕੇ ਸੇਵਾ ਕਰਾਂਗੇ ਤਾਂ ਇਹ ਹੱਥੀਂ ਮਾਇਆ ਨਾਲ ਹੱਥੀਂ ਸੇਵਾ ਕਰਕੇ ਜਿਸ ਤਰ੍ਹਾਂ ਵੀ ਕਰ ਕੋਈ ਕਰ ਸਕਦਾ ਆ ਤਾਂ ਉਹਨੂੰ ਅੱਗੇ ਆ ਕੇ ਕਰਨ ਦੀ ਕੋਸ਼ਿਸ਼ ਕਰੋਗੇ ਕਿ ਇਹਦੇ ਇੱਕ ਦੀ ਸੇਵਾ ਕਰਨਾ ਨਹੀਂ ਮਤਲਬ ਇਕੱਲੀ ਸੇਵਾ ਨਹੀਂ ਹੁੰਦੀ। ਜਦੋਂ ਤੁਸੀਂ ਸੇਵਾ ਕਰਨ ਜਾਂਦੇ ਆ ਤਾਂ ਤੁਹਾਨੂੰ ਦੇਖ ਕੇ ਹੋਰ ਵੀ ਸੇਵਾ ਕਰਦੇ ਆ, ਕੋਈ ਹੋਰ ਡਿਫਰੈਂਟ ਤਰ੍ਹਾਂ ਦੀ ਸੇਵਾ ਨਿਕਲਦੀ ਆ। ਤਾਂ ਮੈਂ ਕਹੂੰਗਾ ਕਿ ਜਿਸ ਪਾਸੇ ਜਦੋਂ ਤੁਸੀਂ ਤੁਰਦੇ ਆ ਜੇ ਸੇਵਾ ਵੱਲ ਦੇ ਪਾਸੇ ਨੂੰ ਤੁਰਦੇ ਆ ਤੁਹਾਡੇ ਵੱਲ ਦੇਖ ਕੇ ਹੋਰ ਬਹੁਤ ਬੰਦੇ ਤੁਰਦੇ ਨੇ ਸੇਵਾ ਵੱਲ। ਬਿਲਕੁਲ ਬਿਲਕੁਲ। ਐਂਡ ਜਿਸ ਤਰ੍ਹਾਂ ਓਂਕਾਰ ਸਿੰਘ ਜੀ ਨੇ ਕਿਹਾ ਇਸ ਪ੍ਰੋਜੈਕਟ ਦੇ ਵਿੱਚ ਇਨਵੋਲਵ ਹੋਣ ਲਈ ਸਕਰੀਨ 'ਤੇ ਲਿਖੀ ਹੋਈ ਸਾਰੀ ਜਾਣਕਾਰੀ ਤੁਸੀਂ ਜ਼ਰੂਰ ਨੋਟ ਕਰ ਲਓ। ਉਹਦੇ ਵਿੱਚ ਯੂਨਾਈਟਿਡ ਸਿੱਖ ਮਿਸ਼ਨ ਦੀ ਸਾਰੀ ਜਾਣਕਾਰੀ ਹੈਗਾ, ਬੈਂਕ ਅਕਾਊਂਟ ਦੀ ਇਨਫੋਰਮੇਸ਼ਨ ਹੈਗੀ, ਤੁਸੀਂ ਆਪਣਾ ਦਾਨ ਉਹਦੇ ਵਿੱਚ ਪਾ ਸਕਦੇ ਹੋ, ਆਪਣਾ ਦਸਵੰਤ ਕੱਢ ਸਕਦੇ ਹੋ। ਇਸ ਸੇਵਾ ਲਈ ਤੁਸੀਂ ਕੋਂਟੈਕਟ ਕਰਨਾ info@unitedsikhmission.org। ਢੀਂਗਸਾ ਸਾਹਿਬ ਨੂੰ ਤੁਸੀਂ ਡਾਇਰੈਕਟਲੀ ਵੀ ਕੋਂਟੈਕਟ ਕਰ ਸਕਦੇ ਹੋ, ਉਹਨਾਂ ਦੀ ਵੀ ਇਨਫੋਰਮੇਸ਼ਨ ਸਕਰੀਨ 'ਤੇ ਲਿਖੀ ਹੋਈ ਹੈ। ਮੈਂ ਜ਼ਰੂਰ ਹੋਰ ਅਪਡੇਟਸ ਲੈਣਾ ਚਾਹੂੰਗੀ ਬਿਕੋਜ਼ ਵੰਸ ਅਗੈਨ ਇਹ ਪ੍ਰੋਗਰਾਮ ਹਲੇ ਅਰਲੀ ਸਟੇਜਿਸ ਦੇ ਵਿੱਚ ਹੈਗਾ। ਢੀਂਗਸਾ ਜੀ, ਮੈਂ ਤੁਹਾਡੇ ਤੋਂ ਵੀ ਗੱਲ ਇਹਦੇ ਬਾਰੇ ਪੁੱਛਣਾ ਚਾਹੁੰਦੀ ਹਾਂ। ਆਈ ਨੋ ਇਸ ਵੇਲੇ ਜ਼ਿਆਦਾ ਡੀਟੇਲਸ ਸਾਡੇ ਕੋਲ ਨਹੀਂ ਆ, ਬਟ ਜੋ ਕੁਛ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰ ਸਕਦੇ ਹੋ ਇਸ ਟਾਈਮ 'ਤੇ ਵਿਊਅਰਸ ਦੇ ਨਾਲ, ਆਈ ਐਮ ਸ਼ੋਰ ਉਹਨਾਂ ਦਾ ਬਹੁਤ ਇੰਟਰਸਟ ਹੈ ਸੁਣਨ ਲਈ। ਮੈਂ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੁੰਦੀ ਹਾਂ ਸੁਖਪਾਲ ਜੀ ਕਿ ਇਸ ਚੀਜ਼ ਨੂੰ ਲੈ ਕੇ ਨੈਕਸਟ ਸਟੈਪਸ ਆਪਾਂ ਕੀ ਐਕਸਪੈਕਟ ਕਰ ਸਕਦੇ ਹਾਂ, ਅਤੇ ਅਗਰ ਸੰਗਤ ਨੇ ਇਨਵੋਲਵ ਹੋਣਾ ਕਿਸੇ ਵੀ ਤੌਰ 'ਤੇ, ਭਾਵੇਂ ਉਹ ਕੰਟਰੀਬਿਊਸ਼ਨ ਦੇ ਤੌਰ 'ਤੇ ਹੋਏ ਜਾਂ ਕਿਸੇ ਹੋਰ ਜ਼ਰੀਏ ਰਾਹੀਂ ਉਹ ਆਪਣੀ ਦੇਣ ਪਾਉਣਾ ਚਾਹੁੰਦੇ ਹੈ, ਉਹਨਾਂ ਲਈ ਕੀ ਜਾਣਕਾਰੀ ਇੱਥੇ ਆਪਾਂ ਸਾਂਝੀ ਕਰ ਸਕਦੇ ਹਾਂ? ਐਂਡ ਆਫਕੋਰਸ ਇਹ ਸਿਰਫ ਹਰਿਮੰਦਰ ਸਾਹਿਬ ਦੇ ਵਿੱਚ ਸੇਵਾ ਨਹੀਂ ਹੋ ਰਹੀ, ਇਹ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਇਹ ਇਨੀਸ਼ੀਟਿਵ ਜਾਊਗਾ, ਵਿਚ ਵੰਸ ਅਗੈਨ ਦਿਸ ਇਜ਼ ਦ ਡਾਇਰੈਕਸ਼ਨ ਜਿਸ ਪਾਸੇ ਸਾਨੂੰ ਸੋਚਣਾ ਚਾਹੀਦਾ ਕਿ ਸਾਡੇ ਜੋ ਗੁਰਦੁਆਰੇ ਹਨ, ਸਾਡੀ ਹੋਲੀ ਪਲੇਸਿਸ, ਰਾਈਟ, ਭਾਵੇਂ ਉਹ ਹਰਿਮੰਦਰ ਸਾਹਿਬ ਹੋਏ ਜਾਂ ਕੋਈ ਵੀ ਗੁਰਦੁਆਰਾ ਹੋਏ ਜਿੱਥੇ ਬਾਬਾ ਜੀ ਦੀ ਭੀੜ ਰਹਿੰਦੀ ਹੈ, ਉੱਥੇ ਸਾਨੂੰ ਕਿਸ ਤਰ੍ਹਾਂ ਦੀ ਪ੍ਰੋਗਰੈਸਿਵ ਇਨੀਸ਼ੀਟਿਵਸ ਦੇ ਨਾਲ ਉਹ ਸੇਵਾ ਚੁੱਕਣੀ ਚਾਹੀਦੀ ਹੈ। ਸੋ ਇਸੇ ਤਰ੍ਹਾਂ ਗੱਲ ਜਾਰੀ ਚੱਲ ਰਹੀ ਹੈ। ਇੱਕ ਵਾਰੀ ਫਿਰ ਮੈਂ ਵਿਊਅਰਸ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਜ਼ਰੂਰ ਇਸ ਇਨਫੋਰਮੇਸ਼ਨ ਨੂੰ ਨੋਟ ਕਰੋ ਅਤੇ ਆਪਣਾ ਹਿੱਸਾ ਪਾਓ, ਬਿਕੋਜ਼ ਇਹ ਸੇਵਾ ਕੋਈ ਸਾਡੇ ਇੱਕ ਇੰਡੀਵਿਜੁਅਲ ਜਾਂ ਇੱਕ ਸੰਸਥਾ ਵੱਲੋਂ ਨਹੀਂ ਹੋ ਰਹੀ, ਨਾ ਹੈਗੀ ਉਹਨਾਂ ਲਈ, ਇਹ ਸਾਡੇ ਸਾਰਿਆਂ ਲਈ ਹੈ, ਸਾਡੇ ਗੁਰਦੁਆਰਿਆਂ ਲਈ ਹੈ। ਅਤੇ ਇਹਦੇ ਨਾਲ ਹੀ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ। ਪੈਨਲਿਸਟ ਸਾਡੇ ਨਾਲ ਜੁੜੇ ਹਨ ਵੱਖ ਵੱਖ ਥਾਵਾਂ ਤੋਂ, ਭਾਵੇਂ ਉਹ ਵੈਸਟ ਕੋਸਟ ਹੋਏ, ਈਸਟ ਕੋਸਟ ਹੋਏ ਜਾਂ ਇੰਡੀਆ ਤੋਂ, ਅਤੇ ਤੁਸੀਂ ਵੀ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮੁੜ ਹਾਜ਼ਰ ਹੋਏ ਹਾਂ ਅਤੇ ਗੱਲ ਹੋ ਰਹੀ ਹੈ ਸੇਵਾ ਦੀ, ਜਿੱਥੇ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਵੰਡ ਛਕੋ ਕਿਰਤ ਕਰੋ ਸੇਵਾ ਕਰੋ, ਰਾਈਟ, ਉੱਥੇ ਸੇਵਾ ਦੀ ਗੱਲ ਹੋ ਰਹੀ ਹੈ। ਅਤੇ ਅੱਜ ਜੋ ਇਹ ਸੇਵਾ ਹੈ ਜਿਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਮੈਨੂੰ ਆਪ ਨੂੰ ਬਹੁਤ ਐਕਸਾਈਟਮੈਂਟ, ਬਹੁਤ ਖੁਸ਼ੀ ਹੋ ਰਹੀ ਹੈ ਇਹਦੇ ਬਾਰੇ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹੋਏ। ਸਾਡੇ ਪੈਨਲਿਸਟ ਜੋ ਇਸ ਪ੍ਰੋਜੈਕਟ ਨੂੰ ਸੋਲਰ ਪੈਨਲਸ ਦੀ ਜੋ ਪ੍ਰੋਜੈਕਟ ਹੈਗੀ ਜਿਹਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਹਰਿਮੰਦਰ ਸਾਹਿਬ ਤੋਂ ਹੋ ਰਹੀ ਹੈ, ਹੋਰ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਇਹ ਸੇਵਾ ਲਾਗੂ ਹੋਏਗੀ, ਉਹਦੇ ਜੋ ਮੈਂ ਕਹਾਂਗੀ ਇਨੀਸ਼ੀਏਟਰਸ ਹਨ, ਲੀਡਰਸ ਹਨ, ਉਹ ਸਾਡੇ ਨਾਲ ਜੁੜੇ ਹਨ। ਆਮ ਸੋ ਗਲੈਡ ਕਿ ਤੁਸੀਂ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਅੱਜ ਇਹ ਜਾਣਕਾਰੀ ਵਿਊਅਰਸ ਦੇ ਨਾਲ ਸਾਂਝੀ ਕਰ ਰਹੇ ਹੋ। ਖਾਸ ਕਰਕੇ ਰਿਸ਼ਪਾਲ ਸਿੰਘ ਢੀਂਗਸਾ ਜੀ, ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਤੁਸੀਂ ਇਹ ਇਨੀਸ਼ੀਏਟਿਵ ਸਟਾਰਟ ਕੀਤਾ, ਰਾਈਟ? ਰਿਸ਼ਪਾਲ ਜੀ, ਇੱਕ ਵਾਰੀ ਫਿਰ ਮੈਂ ਚਾਹਾਂਗੀ ਕਿ ਤੁਸੀਂ ਵਿਊਅਰਸ ਨੂੰ ਦੱਸੋ ਕਿ ਕਿੰਨਾ ਕੁ ਇੰਪੋਰਟੈਂਟ ਪ੍ਰੋਜੈਕਟ ਹੈ, ਕਿਉਂ ਸਾਨੂੰ ਇਸ ਪਾਸੇ ਸੋਚਣਾ ਚਾਹੀਦਾ ਅੱਜ ਦੀ ਡੇਟ ਦੇ ਵਿੱਚ, ਅਤੇ ਹੋਰ ਕੀ ਡੀਟੇਲਸ ਤੁਸੀਂ ਇਸ ਸਮੇਂ ਸਾਡੇ ਨਾਲ ਸ਼ੇਅਰ ਕਰ ਸਕਦੇ ਉਹਦੇ ਬਾਰੇ? ਬੇਨਤੀ ਹੈ ਸ਼ੀਤਾ ਜੀ, ਇਹ ਵੀ ਜ਼ਰੂਰੀ ਹੈ, ਜ਼ਰੂਰੀ ਨਹੀਂ। ਹਲੋ, ਹਾਂਜੀ ਹਾਂਜੀ, ਤੁਸੀਂ ਔਨ ਏਅਰ ਹੋ, ਦੱਸੋ। ਹਾਂ, ਇਹ ਜ਼ਰੂਰੀ ਨਹੀਂ ਕਿ ਤੁਸੀਂ ਗੁਰਦੁਆਰਾ ਸਹਿਬਾਨ ਦੇ ਵਿੱਚ ਹੀ ਸੇਵਾ ਕਰਨੀ ਹੈ। ਦੁਨੀਆ ਦੇ ਕਿਤੇ ਵੀ ਬੈਠਾ ਸਿੱਖ ਹਰ ਪਿੰਡ ਤੋਂ, ਹਰ ਸ਼ਹਿਰ ਤੋਂ ਗਿਆ ਹੋਇਆ, ਉਹ ਆਪਣੇ ਪਿੰਡ ਲਈ, ਆਪਣੇ ਸ਼ਹਿਰ ਲਈ, ਆਪਣੇ ਭੈਣ ਭਰਾਵਾਂ ਲਈ ਕੁਛ ਨਾ ਕੁਛ ਜ਼ਰੂਰ ਆਪਣਾ ਦਸਵੰਦ ਕੱਢੇ, ਤਾਂ ਜੋ ਜਿਹੜੇ ਇੱਥੇ ਪਿੱਛੇ ਰਹਿ ਗਏ ਲੋਕ
ਉਹ ਸਾਡੇ ਬਰਾਬਰ ਹੋ ਕੇ ਆਪਣੇ ਕੰਮਾਂ ਕਾਰਾਂ 'ਚ ਹਿੱਸਾ ਪਾ ਸਕਣ, ਆਪਣੀ ਸਟੇਟ ਦੀ ਇਕਾਨਮੀ 'ਚ ਹਿੱਸਾ ਪਾ ਸਕਣ, ਕਿਉਂਕਿ ਜੇ ਚੰਗੇ ਐਜੂਕੇਟਡ ਹੋਣਗੇ ਉਹ ਚੰਗੇ ਕੰਮ ਕਰਨਗੇ। ਸਾਡੇ ਇਸ ਵੇਲੇ ਜਿਹੜੇ ਸਿਵਲ ਸਰਵਿਸ ਦੇ ਵਿੱਚ ਬੰਦੇ ਬਹੁਤ ਘੱਟ ਹਨ, ਅਸੀਂ ਇੱਕ ਸੈਟਅਪ ਕਰ ਰਹੇ ਹਾਂ ਜਿਹਦੇ ਵਿੱਚ ਇੱਥੋਂ ਦੇ ਰਿਟਾਇਰ ਜਿਹੜੇ ਸਾਡੇ ਐਕਸਪਰਟ ਹਨ, ਐਮ ਪੀ ਸਿੰਘ ਜੀ ਜਾਂ ਬਲੌਰ ਸਿੰਘ ਜੀ ਜਾਂ ਹੋਰ ਵੀ ਜਿਹੜੇ ਇਹੋ ਜਿਹੇ ਲੈਵਲ ਤੇ ਬੰਦੇ ਦੇਖੇ ਹਨ, ਜਿਹੜੇ ਸਾਡੇ ਬੱਚਿਆਂ ਨੂੰ ਚੰਗਾ ਆਈ ਪੀ ਕਾਉਂਸਲਿੰਗ ਕਰਕੇ ਉਸ ਟੈਸਟਾਂ ਦੇ ਵਿੱਚ ਸਿੱਟ ਸਕਦੇ ਹਨ ਜਿੱਥੇ ਉਹ ਜਾ ਕੇ ਆਪਣਾ ਆਪਣੀ ਸਟੇਟ ਦਾ ਆਪਣੇ ਧਰਮ ਦਾ ਆਪਣੇ ਪੱਖ ਰੱਖ ਸਕਣ, ਤਾਂ ਜੋ ਸਾਨੂੰ ਬਣਦੇ ਹੱਕ ਜਿਹੜੇ ਆ ਉਹ ਉੱਥੋਂ ਮਿਲ ਸਕਣ, ਕਿਉਂਕਿ ਇਹ ਬਹੁਤ ਜ਼ਰੂਰੀ ਆ। ਜੇ ਅਸੀਂ ਇਹਨਾਂ ਨੂੰ ਛੱਡ ਗਏ ਤਾਂ ਫਿਰ ਸਾਡਾ ਵਾਲੀਬਾਰ ਕੋਈ ਨਹੀਂ ਰਹੇਗਾ। ਜੀ ਬਿਲਕੁਲ ਬਿਲਕੁਲ, ਐਂਡ ਆਮ ਸੋ ਯੂ ਨੋ ਇਹ ਇੰਨਾ ਕੁ ਇੰਪੋਰਟੈਂਟ ਇਨੀਸ਼ੀਏਟਿਵ ਹੈਗਾ। ਸੋ ਯੂ ਨੋ ਜਿੱਥੇ ਸਾਨੂੰ ਇੱਕ ਪਾਸੇ ਖੁਸ਼ੀ ਵੀ ਹੁੰਦੀ ਹੈ, ਮੈਂ ਇੱਥੇ ਜ਼ਰੂਰ ਇਹਦੀ ਅਰਜੈਂਸੀ ਲੋਕਾਂ ਦੇ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਸਾਡੇ ਕੋਲ ਤਾਂ ਯੂ ਨੋ ਇੱਕ ਇਨਵਾਇਰਮੈਂਟ ਹੈ, ਇੱਕ ਧਰਤੀ ਹੈ, ਉਹਦਾ ਆਪਾਂ ਖਿਆਲ ਨਹੀਂ ਰੱਖਾਂਗੇ ਤਾਂ ਅਗਲੀ ਪੀੜ੍ਹੀ ਲਈ ਤੁਸੀਂ ਕੀ ਛੱਡ ਕੇ ਜਾਓਗੇ, ਰਾਈਟ? ਅਤੇ ਜਿੱਥੇ ਸਾਨੂੰ ਸਾਡੇ ਇਤਿਹਾਸ ਨੂੰ ਵੀ ਅਗਲੀ ਪੀੜ੍ਹੀ ਨੂੰ ਸ਼ੇਅਰ ਕਰਨਾ ਹੈ, ਜੋ ਤੁਸੀਂ ਇਨਵਾਇਰਮੈਂਟ ਉਹਨਾਂ ਨੇ ਛੱਡ ਕੇ ਜਾ ਰਹੇ ਹੋ ਉਹ ਉੰਨੀ ਕੁ ਇੰਪੋਰਟੈਂਟ ਹੈਗੀ। ਯੂ ਨੋ ਢੀਂਗਸਾ ਜੀ, ਇੱਕ ਵਾਰੀ ਫਿਰ ਮੈਂ ਉਹ ਫਲਾਇਰ ਸਕਰੀਨ 'ਤੇ ਦਿਖਾਉਣਾ ਚਾਹੁੰਦੀ ਹਾਂ, ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਇਹ ਸੇਵਾ ਹੋ ਰਹੀ ਹੈ। ਤੁਸੀਂ ਸਾਨੂੰ ਇਹਦੇ ਬਜਟ ਬਾਰੇ ਦੱਸ ਰਹੇ ਸੀ, ਰਾਈਟ? ਸੋ ਇਸ ਬਜਟ ਦੇ ਵਿੱਚ ਇਹਦੇ ਬਾਰੇ ਥੋੜ੍ਹੀ ਜਿਹੀ ਹੋਰ ਜਾਣਕਾਰੀ ਸਾਨੂੰ ਦੱਸੋ, ਬਿਕੋਜ਼ ਅਗਰ ਕੋਈ ਫਾਈਨੈਂਸ਼ਲੀ ਹੈਲਪ ਕਰਨਾ ਚਾਹੁੰਦਾ ਹੈ ਉਹਨਾਂ ਨੂੰ, ਮਤਲਬ ਥੋੜ੍ਹਾ ਜਿਹਾ ਅੰਦਾਜ਼ਾ ਹੋਏ ਕਿ ਕਿਸ ਲੈਵਲ ਤੱਕ ਅੱਜ ਦੀ ਡੇਟ ਦੇ ਵਿੱਚ ਹੈਲਪ ਦੀ ਲੋੜ ਹੈ। ਦੇਖੋ ਜੀ, ਦਾ ਟੋਟਲ ਬਜਟ ਤਕਰੀਬਨ 8 ਕਰੋੜ ਹੈਗਾ ਜੀ। ਜਿਹੜੀ ਪਹਿਲੀ ਪੇਮੈਂਟ ਅਸੀਂ 10% ਜਿਹੜਾ ਅਸੀਂ ਮੰਡੇ ਨੂੰ ਉਹਨਾਂ ਨੂੰ ਹਰ ਇੱਕ ਜਿਹੜੀ ਇੱਥੋਂ ਦੀ ਇੰਡਸਟਰੀ ਵਾਲੇ ਉਹਨਾਂ ਦੇ ਦਿੱਤੀ ਜਾਵੇਗੀ ਜੀ। ਤੇ ਉਹਦੇ ਵਿੱਚ ਬਾਕੀ ਬਜਟ ਜਿਹੜਾ ਕੇਂਦਰ ਦੇ ਸਹਿਯੋਗ ਨਾਲ ਇਕੱਠਾ ਕਰਕੇ ਦਿੱਤਾ ਜਾਵੇਗਾ। ਜਿਹੜਾ ਵੀ ਸੱਜਣ ਭੈਣ ਭਰਾ ਕੋਈ ਵੀ ਆਪਣਾ ਡਾਲਰ ਸੈੱਲ ਫੋਨ ਦੇ ਵਿੱਚ ਪਾਉਣਾ ਚਾਹੁੰਦਾ ਹੋਵੇ ਉਹ ਯੂਨਾਈਟਿਡ ਸਿੱਖ ਮਿਸ਼ਨ ਦੇ ਐਡਰੈਸ ਤੇ ਭੇਜ ਸਕਦਾ ਹੈ, ਜਾਂ ਪੇਪਾਲ ਥਰੂ ਪਾ ਸਕਦਾ ਹੈ, ਜਾਂ ਬੈਂਬੋ ਤੇ ਪਾ ਸਕਦਾ ਹੈ, ਜਾਂ ਸਿੱਧਾ ਬੈਂਕ ਦੇ ਵਿੱਚ ਜਮ੍ਹਾਂ ਕਰਾ ਸਕਦਾ ਹੈ। ਬੇਨਤੀ ਆ ਉਹਨਾਂ ਨੂੰ ਜਿਹਨਾਂ ਨੇ ਵੀ ਪੈਸੇ ਪਾਉਣੇ ਹਨ ਆਪਣਾ ਐਡਰੈਸ ਤੇ ਫੋਨ ਨੰਬਰ ਈਮੇਲ ਭੇਜਦੇ ਰਹਿਣ, ਤਾਂ ਜੋ ਉਹਨਾਂ ਨੂੰ ਪੂਰਾ ਪੂਰਾ ਜਿਹੜਾ ਹਿਸਾਬ ਦਿੱਤਾ ਜਾਵੇ, ਉਹਨਾਂ ਦੀਆਂ ਰਸੀਦਾਂ ਉਹਨਾਂ ਕੋਲ ਪਹੁੰਚਦੀਆਂ ਦਿੱਤੀਆਂ ਜਾਣ। ਬਾਕੀ ਸਾਰਾ ਧੰਨਵਾਦ ਸਾਹਿਬ ਬਹਾਦਰ ਸਿੰਘ ਜੀ ਤੇ ਓਮਕਾਰ ਸਿੰਘ ਜੀ ਜਾਂ ਜਿਹੜੇ ਚੈਨਲ ਤੋਂ ਰਹਿ ਗਏ ਹਨ ਬਿਲਕੁਲ। ਵਾਂਸ ਅਗੇਨ ਆਮ ਸੋ ਗਲੈਡ ਕਿ ਤੁਸੀਂ ਇਹ ਇੱਕ ਤਾਂ ਇਹ ਸੇਵਾ ਕਰ ਰਹੇ ਹੋ, ਬਟ ਬਾਕੀਆਂ ਨੂੰ ਵੀ ਇਹਦੇ ਵਿੱਚ ਇਨਵੋਲਵ ਕਰ ਰਹੇ ਹੋ, ਬਿਕਾਜ਼ ਇਹ ਸਾਡਾ ਸਾਰਿਆਂ ਦਾ ਸਾਂਝਾ ਪ੍ਰੋਜੈਕਟ ਹੋਣਾ ਚਾਹੀਦਾ ਹੈ। ਸੋ ਆਈ ਕੈਨ ਜਸਟ ਵਾਂਟ ਟੂ ਗੈਟ ਯੂ ਨੋ ਅ ਕਾਲ ਟੂ ਐਕਸ਼ਨ, ਰਾਈਟ? ਬਹਾਦਰ ਸਿੰਘ ਜੀ, ਇੱਕ ਵਾਰੀ ਫਿਰ ਤੁਸੀਂ ਤਾਂ ਸੇਵਾ ਕਰਦੇ ਰਹਿੰਦੇ ਹੋ, ਭਾਵੇਂ ਉਹ ਇਸ ਪ੍ਰੋਜੈਕਟ ਦੇ ਵਿੱਚ ਹੋਏ ਹੋਰ ਸੰਸਥਾਵਾਂ ਦੇ ਨਾਲ ਜੁੜ ਕੇ ਤੁਹਾਡੇ ਬਹੁਤ ਵੱਡੀ ਲੈਵਲ 'ਤੇ ਕੰਟਰੀਬਿਊਸ਼ਨ ਹੈਗੀ, ਬਟ ਅੱਜ ਇਸ ਪ੍ਰੋਜੈਕਟ ਲਈ ਸਪੈਸੀਫਿਕਲੀ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤਾਂ ਕਿ ਉਹ ਵੀ ਇਨਵੋਲਵ ਹੋਣ? ਮੇਰੀ ਬੇਨਤੀ ਸਾਰੇ ਜੱਗ ਨੂੰ ਇਹੀ ਹੈ ਜੀ ਕਿ ਇਹ ਸੇਵਾ ਬਹੁਤ ਵੱਡੀ ਹੈ, ਇਹ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਆਪਾਂ ਨੂੰ ਮਹਾਰਾ ਕਿਰਪਾ ਕਰਨਗੇ, ਆਪਾਂ ਇਹ ਕੰਪਲੀਟ ਕਰ ਲਈਏ ਤਾਂ ਉਸ ਤੋਂ ਬਾਅਦ ਆਪਾਂ ਨੂੰ ਹੋਰਾਂ ਤਖਤਾਂ ਦੀਆਂ ਉਹ ਗੁਰਦੁਆਰਾ ਸਾਹਿਬਾਨ ਦੀਆਂ ਸੇਵਾਵਾਂ ਸਾਨੂੰ ਹੋਰ ਮਿਲ ਜਾਣਗੀਆਂ। ਸੋ ਆਪਾਂ ਜਿੰਨਾ ਵੀ ਤਿਲਫੁੱਲ ਹੈਗਾ ਆਪਾਂ ਸਾਰੇ ਰਲ ਮਿਲ ਕੇ ਇਹਦੇ ਵਿੱਚ ਪਾਈਏ ਤਾਂ ਕਿ ਫੰਡ ਇਕੱਠੇ ਹੋ ਜਾਣਗੇ, ਅਸੀਂ ਸਾਨੂੰ ਆਪਾਂ ਨੂੰ ਸੇਵਾ ਹੋਰ ਗਾਂਹ ਲੈਣੀ ਹੈ ਜਿਹੜੀ ਹੈਗੀ ਆ ਸ਼੍ਰੋਮਣੀ ਕਮੇਟੀ ਤੋਂ ਜਾਂ ਹੋਰ ਸੰਸਥਾਵਾਂ ਤੋਂ ਬੜੀਆਂ ਸੌਖੀਆਂ ਹੋ ਜਾਣਗੀਆਂ। ਸੋ ਆਪਣਾ ਜਨਮ ਸਫਲਾ ਕਰੀਏ, ਆਪਣੀ ਮਾਇਆ ਸਫਲੀ ਕਰੀਏ ਜੀ, ਆਪਣੀ ਸੇਵਾ ਇਹਦੇ ਵਿੱਚ ਪਾ ਕੇ। ਸੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਕਰਾਂਗਾ ਕਿ ਆਪਾਂ ਇਹਦੇ 'ਚ ਤਗੜੇ ਹੋ ਕੇ ਆਪਾਂ ਇਹਦੇ 'ਚ ਲੱਗੀਏ, ਸੋਧਾਵਾਂ ਸੇਵਾਵਾਂ ਵਧੀਆ ਤਰੀਕੇ ਦੇ ਨਾਲ ਢੀਂਡਸਾ ਸਾਹਿਬ ਦੇ ਉਹਨਾਂ ਦੇ ਨਾਲ ਲੱਗ ਕੇ ਆਪਾਂ ਇਹ ਨਿਭਾ ਸਕੀਏ। ਜੀ, ਥੈਂਕ ਯੂ ਸੋ ਮਚ ਬਹਾਦਰ ਸਿੰਘ ਜੀ ਔਰਗਾਨ ਤੋਂ। ਤੁਸੀਂ ਇੱਕ ਵਾਰੀ ਫਿਰ ਦਰਸ਼ਕਾਂ ਨੂੰ ਇਹ ਅਪੀਲ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸਿਆ। ਸੁਖਪਾਲ ਸਿੰਘ ਧਨੋਆ ਜੀ, ਤੁਹਾਡੇ ਵੱਲੋਂ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਇਸ ਚੀਜ਼ ਬਾਰੇ, ਕਿੰਨੀ ਕੁ ਇੰਪੋਰਟੈਂਟ ਹੈਗੀ ਅਤੇ ਸਾਰਿਆਂ ਨੂੰ ਇਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈ, ਤੁਹਾਡੇ ਕੀ ਖਿਆਲ ਹਨ? ਐਸ਼ਮੇ ਤਾਂ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਇਸ ਗੱਲ ਦੇ ਵਿੱਚ ਵਿੱਚ ਤੁਸੀਂ ਇਨਵਾਇਰਮੈਂਟਲ ਜ਼ਿਕਰ ਕਰ ਰਹੇ ਸੀਗੇ ਦੋ ਤਿੰਨ ਵਾਰੀ ਮੈਂ ਸੁਣਿਆ। ਤੁਸੀਂ ਦੇਖੋ ਜਦੋਂ ਆਪਾਂ ਇਹ ਅੱਜ ਡਿਸਕਸ਼ਨ ਕਰ ਰਹੇ ਹਾਂ, ਐਨ ਉਸੇ ਮੌਕੇ ਦੇ ਉੱਤੇ ਅਮੈਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਵੱਲੋਂ ਉਹਨਾਂ ਦੇ ਸਪੈਸ਼ਲ ਇਨਵਾਇਰ ਨੇ ਇਹਦੇ 'ਤੇ ਇਨਵਾਇਰਮੈਂਟ 'ਤੇ ਜੌਨ ਕੈਰੀ, ਉਹ ਇਸ ਵੇਲੇ ਇੰਡੀਆ, ਬੰਗਲਾਦੇਸ਼ ਅਤੇ ਅਬੂਧਾਬੀ ਦੇ ਦੌਰੇ 'ਤੇ ਨੇ ਇਨਵਾਇਰਮੈਂਟ ਦੇ ਇਸ਼ੂ ਨੂੰ ਲੈ ਕੇ। ਕਿੱਡੀ ਖੂਬਸੂਰਤ ਔਰ ਉਸ ਸਾਡੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਆ ਸਿੱਖਾਂ ਦੇ ਉੱਤੇ,
ਅੱਜ ਅਸੀਂ ਉਸੇ ਮੁੱਦੇ ਦੇ ਬਾਰੇ ਗੱਲ ਕਰਕੇ ਬੈਠੇ ਹਾਂ ਔਰ 22 ਤੇ 23 ਅਪ੍ਰੈਲ ਨੂੰ ਇਹ ਵਰਲਡ ਸਮਿਟ ਹੋ ਰਿਹਾ ਆ ਇਹਦੇ 'ਤੇ ਵਰਲਡ ਲੀਡਰਸ ਦਾ ਇਨਵਾਇਰਮੈਂਟ ਦੇ ਉੱਤੇ ਜਿਸ ਤਰ੍ਹਾਂ ਨਾਲ ਇਸ ਵੇਲੇ ਕਲਾਈਮੈਟ ਨੂੰ ਅਮੈਰੀਕਾ ਸੀਰੀਅਸਲੀ ਲੈ ਰਿਹਾ ਹੈ ਫਰਾਂਸ ਅਕੋਰਡ 'ਚ ਚਲੇ ਗਿਆ ਔਰ ਇਹਦੇ ਵਿੱਚ ਜਿਹੜੀ ਇਸ ਵੇਲੇ ਪਹਿਲਕਦਮੀ ਕਰਨੀ ਆ ਕਿ ਜਿਹੜੀਆਂ ਚੀਜ਼ਾਂ ਤੋਂ ਇਹ ਅਮੈਰੀਕਾ ਗੌਰਮੈਂਟ ਅਤੇ ਵਰਲਡ ਸਾਰਾ ਚਿੰਤਾ ਤੋਂ ਰਿਹਾ ਉਹਦੇ 'ਚ ਕਿੰਨੀ ਖੂਬਸੂਰਤ ਗੱਲ ਹੈ ਕਿ ਅੱਜ ਤੁਸੀਂ ਡਿਸਕਸ਼ਨ ਕਰ ਰਹੇ ਹੋ ਜੀ ਤੁਹਾਨੂੰ ਮੁਬਾਰਕਬਾਦ ਹੈ ਢੀਂਡਸਾ ਸਾਹਿਬ ਨੂੰ ਮੁਬਾਰਕਬਾਦ ਹੈ ਇੱਕ ਚੀਜ਼ ਮੈਂ ਹੋਰ ਇਹਦੇ ਬਾਰੇ ਕਹਾਂਗਾ ਕਿ ਸਾਨੂੰ ਜਿਹੜੀ ਸਾਡੀ ਸੋਚ ਹੈ ਨਾ ਉਹ ਬਹੁਤ ਨੈਗੇਟਿਵ ਹੋ ਗਈ ਹੈ ਸਿੱਖ ਇਸ ਵੇਲੇ ਇਸ ਇੱਕ ਬੜੀ ਉਸ ਦਲਦਲ 'ਚ ਫਸੇ ਹੋਏ ਨੇ ਜਿਹਦੇ 'ਚੋਂ ਇਹਨਾਂ ਨੂੰ ਬਾਹਰ ਨਿਕਲਣਾ ਪੈਣਾ ਹਰ ਵਿਚਾਰਧਾਰਾ ਆਪਣੀ ਆਪਣੀ ਜਗ੍ਹਾ 'ਤੇ ਆ ਆਹ ਜਿੰਨੀਆਂ ਤੁਸੀਂ ਸੰਸਥਾਵਾਂ ਦੇਖ ਰਹੇ ਹੋ ਇਹਦੇ ਪਿੱਛੇ ਮੇਰੇ ਖਿਆਲ ਦੇ ਵਿੱਚ ਦਰਜਨਾਂ ਦੇ ਹਿਸਾਬ ਨਾਲ ਨੇ ਜਿਨ੍ਹਾਂ ਨਾਲ ਮੈਂ 2-3 ਦਿਨ ਦੇ ਵਿੱਚ ਗੱਲ ਕੀਤੀ ਹੈ ਔਰ ਦੇ ਔਫਰ ਕੇ ਅਸੀਂ ਤਿਆਰ ਹਾਂ ਕੋਈ ਵੱਖ ਵੱਖ ਛੋਟੇ ਛੋਟੇ ਸੰਗਠਨ ਨੇ ਕਲੱਬ ਨੇ ਸੰਸਥਾਵਾਂ ਨੇ ਔਰ ਇਹਦੇ ਨਾਲ ਜਿਹੜੇ ਹੋਰ ਪਿੱਛੇ ਜੁੜੇ ਹੋਏ ਲੋਕ ਨੇ ਦੇ ਆਰ ਵੈਰੀ ਪ੍ਰੋਫੈਸ਼ਨਲ ਜਿਹੜੇ ਕੱਲ੍ਹ ਮੈਂ ਦੇਖ ਰਿਹਾ ਸੀਗਾ ਪਿਕਚਰਸ ਜਦੋਂ ਇਹ ਬਾਬਾ ਬੁੱਢਾ ਸਾਹਿਬ ਜਾ ਕੇ ਆਏ ਨੇ ਉੱਥੋਂ ਦਾ ਸਾਰਾ ਇਹਨਾਂ ਨੇ ਪ੍ਰੋਜੈਕਟ ਦਾ ਮੁਆਇਨਾ ਲਿਆ ਹੈ ਉਹਨਾਂ ਦੇ ਵਿੱਚ ਫਿਜਿਕਸ ਦੇ ਪ੍ਰੋਫੈਸਰ ਐਨ ਪੀ ਸਿੰਘ ਜਿਹੜੇ ਪੀ ਟੀ ਯੂ ਦੇ ਡੀਨ ਵੀ ਰਹੇ ਨੇ ਅਤੇ ਉੱਥੋਂ ਦੇ ਪ੍ਰੋਫੈਸਰ ਵੀ ਰਹੇ ਨੇ ਇਹੋ ਜਿਹੇ ਲੋਕ ਜਿਹੜੇ ਨੇ ਉਹ ਜੁੜੇ ਹੋਏ ਨੇ ਔਰ ਬਾਬਾ ਬੁੱਢਾ ਸਾਹਿਬ ਮੈਂ 2.5 ਸਾਲ ਪੜ੍ਹਾਇਆ ਜੀ ਮੇਰੀ ਉੱਥੋਂ ਦੀ ਆਸਥਾ ਮੇਰੇ ਲਈ ਤਾਂ ਹੋਰ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਔਰ ਜਿਹੜੀ ਇਸ ਵੇਲੇ ਇਨਵਾਇਰਮੈਂਟਲ ਪੁਆਇੰਟ ਆਫ ਵਿਊ ਤੋਂ ਤੁਸੀਂ ਗੱਲ ਕਰ ਰਹੇ ਸੀਗੇ ਸਾਨੂੰ ਉਸ ਗੱਲ ਨੂੰ ਹਾਈਲਾਈਟ ਕਰਨ ਦੀ ਲੋੜ ਹੈ ਔਰ ਸਾਨੂੰ ਲੋੜ ਹੈ ਉਹਨਾਂ ਚੀਜ਼ਾਂ ਨੂੰ ਟੈਪ ਕਰਨ ਦੀ ਜਿਵੇਂ ਢੀਂਡਸਾ ਸਾਹਿਬ ਨੇ ਹੋਣਾ ਉਹਨੇ ਬੜਾ ਇੰਪੋਰਟੈਂਟ ਇੱਕ ਪੁਆਇੰਟ ਰੇਜ਼ ਕੀਤਾ ਔਰ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਕਹਾਂਗਾ ਕਿ ਉਹ ਇਸ ਗੱਲ ਵੱਲ ਵੀ ਖਿਆਲ ਰੱਖਣ ਕਿ ਆਪਣੇ ਆਪਣੇ ਪਿੰਡ ਨੂੰ ਜਿਹੜਾ ਇਹਨਾਂ ਨੇ ਕਿਹਾ ਅਡੋਪਟ ਕਰੀਏ ਔਰ ਉਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਅਮੈਰੀਕਾ ਵੱਲੋਂ ਵੀ ਫੰਡ ਦਿੱਤੇ ਜਾਣੇ ਨੇ ਇੰਡੀਅਨ ਗੌਰਮੈਂਟ ਵੱਲੋਂ ਵੀ ਫੰਡ ਦਿੱਤੇ ਜਾਣੇ ਨੇ ਆਪਣੇ ਆਪ ਨੂੰ ਉੱਪਰ ਉਠਾਈਏ ਜਿੱਥੋਂ ਜਿੱਥੋਂ ਇਹ ਫੰਡ ਮਿਲਦੇ ਨੇ ਆਪਣੇ ਪਿੰਡਾਂ ਦੇ ਵਿੱਚ ਅਤੇ ਬਾਕੀ ਲੋਕਾਂ ਨੂੰ ਵੀ ਜਾਗਰੂਕ ਕਰੀਏ ਔਰ ਇਹ ਜਿਹੜੀ ਸੇਵਾ ਆ ਇਹ ਜੀਵਨ ਦੇ ਵਿੱਚ ਇੱਕ ਵਾਰੀ ਮਿਲੀ ਆ ਔਰ ਯੂਨਾਈਟਿਡ ਸਿੱਖ ਮਿਸ਼ਨ ਜਿਹੜਾ ਹੈਗਾ ਆ ਜੇ ਇਹਨਾਂ ਨੇ ਇਹ ਸੇਵਾ ਲਈ ਆ ਅਮੈਰੀਕਨ ਸਿੱਖਾਂ ਵਾਸਤੇ ਇਹ ਬਹੁਤ ਵਧੀਆ ਮੌਕਾ ਹੈਗਾ ਹੈ ਕਿ ਸਾਰੇ ਯੂਨਾਈਟ ਹੋਈਏ ਔਰ ਅਜਿਹੀਆਂ ਸੇਵਾ ਜਿਹੜੀਆਂ ਨੇ ਹੋਰ ਲਈਏ ਤਾਂ ਕਿ ਅਸੀਂ ਕਿਸੇ ਵੀ ਸਿੱਖ ਸੰਸਥਾ ਦੀ ਜਿਹੜੀਆਂ ਇੰਡੀਆ ਦੇ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ 'ਤੇ ਨੁਕਤਾਚੀਨੀ ਕਰਨ ਦੀ ਬਜਾਏ ਜਦੋਂ ਸੇਵਾ ਹੀ ਅਸੀਂ ਆਪ ਲੈ ਲਈਆਂ ਅਤੇ ਸਾਨੂੰ ਫਿਰ ਉਹਦੇ ਵਿੱਚ ਕੋਈ ਕਿਸੇ ਨੂੰ ਨੁਕਤਾਚੀਨੀ ਕਰਨ ਦਾ ਮੌਕਾ ਹੀ ਨਹੀਂ ਅਸੀਂ ਦੇਣਾ ਸੋ ਮੇਰੀ ਤਾਂ ਇਹੀ ਅਪੀਲ ਹੈ ਜੀ ਤੁਹਾਡੇ ਸਾਰੇ ਹੀ ਬਿਲਕੁਲ ਬਿਲਕੁਲ ਧਨੋਆ ਜੀ ਜਿੱਦਾਂ ਕਹਿੰਦੇ ਆ ਨਾ ਇਫ ਯੂ ਵਾਂਟ ਸਮਥਿੰਗ ਡਨ ਰਾਈਟ ਯੂ ਗੈਟ ਟੂ ਡੂ ਇਟ ਯੋਰਸੈਲਫ ਐਂਡ ਜਿੱਥੇ ਸੇਵਾ ਦੀ ਗੱਲ ਆਉਂਦੀ ਹੈ ਸਾਡੇ ਗੁਰਦੁਆਰਿਆਂ ਦੀ ਗੱਲ ਆਉਂਦੀ ਹੈ ਅਤੇ ਸਾਡੇ ਸਾਰਿਆਂ ਦਾ ਮਿਸ਼ਨ ਹੋਣਾ ਚਾਹੀਦਾ ਹੈ ਬਟ ਯੂ ਨੋ ਇੱਥੇ ਮੈਂ ਜਾਣਨ ਇਹ ਵੀ ਕਹਿਣਾ ਚਾਹੁੰਦੀ ਹਾਂ ਵਟ ਅ ਵੰਡਰਫੁਲ ਓਪਰਚੁਨਿਟੀ ਕਿ ਜਿੱਥੇ ਸਾਨੂੰ ਹਮੇਸ਼ਾ ਸਾਡੀ ਸੋਚ ਹੁੰਦੀ ਹੈ ਕਿ ਕੌਮ ਦੀ ਸੇਵਾ ਪੰਥ ਦੀ ਸੇਵਾ ਇੱਕ ਪ੍ਰੋਫਾਈਲ ਬਣੀ ਹੁੰਦੀ ਹੈ ਸਾਡੇ ਦਿਮਾਗ 'ਚ ਕਿ ਇਹੋ ਜਿਹਾ ਬੰਦਾ ਸੇਵਾ ਕਰਦਾ ਹੈ ਮੈਂ ਤਾਂ ਕਹਾਂਗੀ ਇਹ ਜੋ ਸੇਵਾ ਹੁਣੇ ਹੋ ਰਹੀ ਹੈ ਇਹਦੇ ਵਿੱਚ ਸਾਰਾ ਯੂਥ ਵੀ ਇਨਵੋਲਵ ਹੋਵੇ ਉਹਨਾਂ ਨੂੰ ਵੀ ਅਪੀਲ ਹੈ ਕਿ ਜਿੱਥੇ ਯੂਥ ਕਹਿੰਦਾ ਕਿ ਸਾਨੂੰ ਇਨਵਾਇਰਮੈਂਟ ਦੀ ਪਰਵਾਹ ਹੈਗੀ ਸਾਨੂੰ ਆਪਣੇ ਪੰਥ ਦੀ ਗੁਰਦੁਆਰਿਆਂ ਦੀ ਹੈਗੀ ਪਰਵਾਹ ਹੁਣ ਦੇਖੋ ਦੋਨੋਂ ਚੀਜ਼ਾਂ ਓਵਰਲੈਪ ਕਿੱਦਾਂ ਕਰ ਰਹੀਆਂ ਸੋ ਇੱਕ ਵਾਰੀ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਸੇਵਾ ਬਹੁਤ ਵੱਡੇ ਲੈਵਲ 'ਤੇ ਹੋ ਰਹੀ ਹੈ ਯੂਨਾਈਟਿਡ ਸਿੱਖ ਮਿਸ਼ਨ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਹੈ ਰਿਸ਼ਪਾਲ ਸਿੰਘ ਢੀਂਗਸਾ ਜੀ ਜੋ ਸਾਡੇ ਨਾਲ ਜੁੜੇ ਹਨ ਉਹਨਾਂ ਨੇ ਇਹ ਪ੍ਰੋਜੈਕਟ ਇਨੀਸ਼ੀਏਟ ਕੀਤਾ ਬਟ ਉਹਨਾਂ ਦੇ ਨਾਲ ਖੜ੍ਹੇ ਹੋ ਕੇ ਬਾਕੀ ਸਾਰੇ ਜੁੜੇ ਹੋਏ ਆ ਪੈਨਲਿਸਟ ਸਾਡੇ ਨਾਲ ਜੋ ਅੱਜ ਪਹੁੰਚੇ ਹੈ ਭਾਵੇਂ ਓਂਕਾਰ ਸਿੰਘ ਜੀ ਹੋਣ ਨਿਊ ਜਰਜ਼ੀ ਤੋਂ ਸੁਖਪਾਲ ਸਿੰਘ ਧਨੋਆ ਜੀ ਡੀ ਸੀ ਤੋਂ ਬਹਾਦਰ ਸਿੰਘ ਜੀ ਔਰਗਾਨ ਤੋਂ ਐਂਡ ਆਫਕੋਰਸ ਰਿਸ਼ਪਾਲ ਸਿੰਘ ਢੀਂਗਸਾ ਜੀ ਨੋਰਮਲੀ ਤੁਸੀਂ ਐਲ ਏ ਵਿੱਚ ਹੁੰਦੇ ਹੋ ਜਿੱਥੇ ਤੁਹਾਡੀ ਉੱਦਾਂ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਲਗਾਤਾਰ ਬਟ ਅੱਜ ਤੁਸੀਂ ਸਾਨੂੰ ਇੰਡੀਆ ਤੋਂ ਜੁਆਇਨ ਕਰਿਓ ਇੱਕ ਵਾਰੀ ਫਿਰ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਨਾਲ ਜੁੜੇ ਇੰਨੀ ਇੰਪੋਰਟੈਂਟ ਜਾਣਕਾਰੀ ਵਿਊਅਰਸ ਦੇ ਨਾਲ ਸ਼ੇਅਰ ਕੀਤੀ ਥੈਂਕ ਯੂ ਸੋ ਮੱਚ ਫੋਰ ਕਮਿੰਗ ਔਨ ਏਅਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਵ ਅ ਗੁੱਡ ਰੈਸਟ ਆਫ ਯੂਰ ਡੇ ਯੂਰ ਈਵਨਿੰਗ ਥੈਂਕ ਯੂ ਢੀਂਗਸਾ ਜੀ ਥੈਂਕ ਯੂ ਓਂਕਾਰ ਸਿੰਘ ਜੀ ਬਾਕੀ ਪੈਨਲਿਸਟ ਨੂੰ ਹੈਵ ਅ ਗੁੱਡ ਰੈਸਟ ਆਫ ਡੇ ਇੱਕ ਵਾਰੀ ਫਿਰ ਮੈਂ ਵਿਊਅਰਸ ਨੂੰ ਸਕਰੀਨ 'ਤੇ ਫਲਾਇਰ ਦਿਖਾਉਣਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਤੁਸੀਂ ਇਨਵੋਲਵ ਹੋ ਸਕਦੇ ਹੋ ਅਗਰ ਤੁਸੀਂ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਉਣਾ ਹੈ ਨੋਟ ਕਰ ਲਓ ਇਨਫੋਰਮੇਸ਼ਨ info@unitedsikhmission.org ਜਾਂ ਢੀਂਗਸਾ ਜੀ ਦੀ ਡਾਇਰੈਕਟ ਈਮੇਲ ਤੁਸੀਂ ਉਹਨਾਂ ਨੂੰ ਕੋਂਟੈਕਟ ਕਰ ਸਕਦੇ ਨੰਬਰ ਫੋਨ ਨੰਬਰ ਵੀ ਲਿਖਿਆ ਹੋਇਆ ਦੈਟਸ 9092417449 ਇਹ USA ਦਾ ਨੰਬਰ ਹੈਗਾ ਜਾਂ ਤੁਸੀਂ unitedsikhmission.org ਵੈਬਸਾਈਟ 'ਤੇ ਜਾ ਕੇ ਸੰਪਰਕ ਕਰ ਸਕਦੇ ਹੋ ਬੈਂਕ ਦੀ ਡਿਟੇਲਸ ਐਡਰੈਸ ਸਾਰੀ ਇਨਫੋਰਮੇਸ਼ਨ ਸਕਰੀਨ
ਤੇ ਲਿਖੀ ਹੋਈ ਹੈ, ਜ਼ਰੂਰ ਨੋਟ ਕਰ ਲਓ ਇਹਨੂੰ, ਕੰਟੈਕਟ ਕਰੋ, ਆਪਣਾ ਯੋਗਦਾਨ ਪਾਓ ਇਸ ਸੇਵਾ ਦੇ ਵਿੱਚ, ਇਨਵਾਇਰਮੈਂਟ ਨੂੰ ਬਚਾਓ ਅਤੇ ਸਾਡੇ ਗੁਰਦੁਆਰਿਆਂ ਨੂੰ ਜਿੱਦਾਂ ਕਹਿੰਦੇ ਨਾ ਨੈਕਸਟ ਚੈਪਟਰ ਵਿੱਚ ਲੈ ਕੇ ਆਓ, ਮਾਡਰਨਾਈਜ਼ ਕਰੋ ਇਨ ਅ ਗੁੱਡ ਵੇ। ਅਤੇ ਇਸ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ, ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ ashmita@justbroadcasting.com, info@justbroadcasting.com। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।